ਹੈ। ਚਲੋ ਬੇਟੇ ਆਪਾਂ ਜ਼ਿਆਦਾ ਟਾਈਮ ਨਾ ਵੇਸਟ ਕਰੀਏ, ਮੈਂ ਆਪਦੀ ਉਹਦੇ ਤੇ ਰਿਕਾਰਡਿੰਗ ਲਗਾ ਲਈ, ਸਕਰੀਨ ਰਿਕਾਰਡਿੰਗ ਮੈਂ ਸ਼ੁਰੂ ਕਰ ਲਈ, ਤਾਂ ਮੈਂ ਤੁਹਾਨੂੰ ਉਹ ਗੂਗਲ ਡਰਾਈਵ 'ਚ ਸੇਵ ਕਰਕੇ ਤੇ ਤੁਹਾਨੂੰ ਮੈਂ ਮਤਲਬ ਕਿ ਉਹ ਦੇ ਦਿਆਂਗਾ, ਪਰਮਿਸ਼ ਲਿੰਕ ਦੇ ਦਿਆਂਗਾ। ਤਾਂ ਬੇਟੇ ਦਿਸ ਇਜ਼ ਦਾ ਬ੍ਰੇਨ, ਅਗਲਾ ਦਿਮਾਗ, ਮੈਂ ਫਿਰ ਰਿਪੀਟ ਕਰ ਅਗਲਾ ਰਿਹਾ, ਮੱਧ ਦਿਮਾਗ ਤੇ ਪਿਛਲਾ ਦਿਮਾਗ। ਤਾਂ ਹੁਣ ਸਾਰਿਆਂ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਅਗਲੇ ਦਿਮਾਗ ਦੇ ਵਿੱਚ। ਤਾਂ ਅਗਲੇ ਦਿਮਾਗ ਦੇ ਚਾਰ ਲੋਬ ਹੁੰਦੇ ਹੈ, ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਖੰਨ ਕਹਿੰਦੇ ਹੈ। ਤਾਂ ਤੁਸੀਂ ਇਹਦਾ ਨਾਮ ਇੰਗਲਿਸ਼ ਦੇ ਵਿੱਚ ਹੀ ਯਾਦ ਰੱਖੋਗੇ, ਕਾਰਨ ਇਹ ਹੈ ਲਾਸਟ ਟਾਈਮ ਜਿਹੜਾ ਤੁਹਾਡਾ ਐਗਜ਼ਾਮ ਆਇਆ ਸੀ ਨਾ, ਉਹਦੇ ਵਿੱਚ ਪੰਜਾਬੀ 'ਚ ਪ੍ਰੋਪਰ ਵਰਡ ਹੈ ਨਹੀਂ ਸੀ, ਜਿਹਦੇ ਕਰਕੇ ਬਹੁਤ ਸਾਰੇ ਬੱਚਿਆਂ ਨੂੰ ਸਮੱਸਿਆ ਆਈ ਸੀ। ਇਹਨੂੰ ਕਹਿੰਦੇ ਆ ਬੇਟੇ ਫਰੰਟਲ ਲੋਬ, ਦਿਸ ਇਜ਼ ਦਾ ਫਰੰਟਲ ਲੋਬ। ਫਰੰਟਲ ਲੋਬ ਦੇ ਵਿੱਚ ਹੁਣ ਕੀ ਹੁੰਦਾ ਹੈ ਵੀ ਜਿੰਨੀਆਂ ਵੀ ਤੁਹਾਡੀਆਂ ਸੋਚਣ ਸਮਝਣ ਦੀਆਂ ਕਿਰਿਆਵਾਂ ਹੈ, ਜੋ ਤੁਸੀਂ ਯਾਦ ਰੱਖਦੇ ਹੋ, ਉਹ ਸਾਰਾ ਕੁਝ ਇਸ ਲੋਬ ਦੇ ਵਿੱਚ ਹੁੰਦਾ ਹੈ, ਇਸ ਖੰਨ ਦੇ ਵਿੱਚ ਹੁੰਦਾ ਹੈ। ਦਿਸ ਇਜ਼ ਦਾ ਫਰੰਟਲ ਲੋਬ। ਦਿਖ ਰਿਹਾ ਬੇਟਾ ਪਿੰਕ ਤੇ ਰੈੱਡ ਕਲਰ ਦਾ, ਇਹ ਤੁਹਾਨੂੰ। ਅੱਛਾ ਹੁਣ ਦੇਖੋ, ਜਿਹੜਾ ਕੰਨ ਦੇ ਨੇੜੇ ਹੈ ਤੁਹਾਡੇ ਦੋਵਾਂ ਪਾਸੇ, ਕੰਨ ਦੇ ਨੇੜੇ ਹੈ ਅਗਲੇ ਦਿਮਾਗ ਦੇ ਵਿੱਚ, ਇਹਨੂੰ ਕਹਿੰਦੇ ਹੈ ਟੈਂਪੋਰਲ ਲੋਬ। ਕੀ ਕਹਿੰਦੇ ਹੈ? ਟੈਂਪੋਰਲ ਲੋਬ। ਆ ਜਿਹੜਾ ਪੋਰਸ਼ਨ ਤੁਹਾਨੂੰ ਦਿਖ ਰਿਹਾ ਹੈ, ਠੀਕ ਹੈ, ਆ ਜਿਹੜਾ ਤੁਹਾਨੂੰ ਪੋਰਸ਼ਨ ਦਿਖ ਰਿਹਾ ਹੈ, ਇਹਨੂੰ ਕਹਿੰਦੇ ਹੈ ਪਰਾਈਟਲ ਲੋਬ, ਤੇ ਇਹਨੂੰ ਕਹਿੰਦੇ ਹੈ ਓਸੀਪੀਟਲ ਲੋਬ। ਹੁਣ ਸਾਰਿਆਂ ਦੇ ਅਲੱਗ ਅਲੱਗ ਫੰਕਸ਼ਨ ਪੜ੍ਹਦੇ ਹਾਂ, ਤੇ ਇਹਨਾਂ ਸਾਰਿਆਂ ਨੂੰ ਇਕੱਠਾ ਕੀ ਕਹਿੰਦੇ ਹੈ? ਇਹਨੂੰ ਕਹਿੰਦੇ ਹੈ ਸੈਰੀਬ੍ਰਮ। ਇਸ ਅਗਲੇ ਦੇ ਸਾਰੇ ਹਿੱਸੇ ਨੂੰ ਵਿਗਿਆਨ ਦੀ ਭਾਸ਼ਾ 'ਚ ਕੀ ਕਹਿੰਦੇ ਹੈ? ਸੈਰੀਬ੍ਰਮ। ਜਿੱਥੇ ਜਿੱਥੇ ਕਰਸਰ ਮੂਵ ਕਰ ਰਿਹਾ ਹੈ, ਇਹਨੂੰ ਕਹਿੰਦੇ ਹੈ ਸੈਰੀਬ੍ਰਮ। ਤਾਂ ਫਰੰਟਲ ਲੋਬ, ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਇਹ ਸਾਰੀਆਂ ਯਾਦ ਰੱਖਣ ਦੀਆਂ ਕਿਰਿਆਵਾਂ, ਸੋਚਣ ਦੀਆਂ ਕਿਰਿਆਵਾਂ, ਜਾਂ ਤੁਸੀਂ ਕੋਈ ਵੀ ਡਿਸੀਜਨ ਮੇਕਿੰਗ ਜਿਹੜੀਆਂ ਤੁਹਾਡੇ ਮਤਲਬ ਡਿਸੀਜਨ ਦਾ ਮਤਲਬ ਵੀ ਤੁਸੀਂ ਕੋਈ ਨਿਰਣਾ ਲੈਂਦੇ ਹੋ, ਤਾਂ ਉਹ ਸਾਰੀਆਂ ਕਿਰਿਆਵਾਂ ਇੱਥੇ ਹੁੰਦੀਆਂ। ਜਿਹੜਾ ਇਹ ਟੈਂਪੋਰਲ ਲੋਬ ਹੈ, ਮੁੱਖ ਰੂਪ ਦੇ ਵਿੱਚ ਇੱਥੇ ਕੰਮ ਹੁੰਦਾ ਹੈ ਸੁਣਨ ਦਾ। ਇੱਥੇ ਕੀ ਕੰਮ ਹੁੰਦਾ ਹੈ? ਸੁਣਨ ਦਾ। ਜਿਹੜਾ ਆ ਪੋਰਸ਼ਨ ਹੈ ਬੇਟੇ, ਦਿਸ ਇਜ਼ ਓਸੀਪੀਟਲ ਲੋਬ। ਇੱਥੇ ਅਸੀਂ ਦੇਖਣ ਦਾ ਕੰਮ ਕਰਦੇ ਹਾਂ। ਉਹ ਕਹਿੰਦੇ ਨਾ, ਤੇਰੇ ਸਿਰ ਤੇ ਇੱਕ ਮਾਰੂੰ ਤੇ ਦਿਨੇ ਤਾਰੇ ਵਿਖਾ ਦੂੰ। ਉਹਦਾ ਮਤਲਬ ਪਤਾ ਕੀ ਹੁੰਦਾ ਹੈ? ਜੇ ਕੋਈ ਸਾਡੇ ਦਿਮਾਗ ਦੇ ਇਸ ਹਿੱਸੇ ਤੇ ਕੋਈ ਚੀਜ਼ ਹਿੱਟ ਕਰਦੀ ਹੈ, ਤਾਂ ਸਾਨੂੰ ਆਟੋਮੈਟਿਕਲੀ ਵਿਜ਼ੁਅਲ ਸੈਂਸੇਸ਼ਨ ਹੋ ਜਾਂਦੀ ਹੈ, ਦੇਖਣ ਦੀਆਂ ਕੁਝ ਪ੍ਰਕਿਰਿਆਵਾਂ ਸ਼ੁਰੂ ਹੋ ਜਾਂਦੀਆਂ, ਤੇ ਸਾਨੂੰ ਤਾਰੇ ਜੇ ਦਿਖਣ ਲੱਗ ਜਾਂਦੇ ਹੈ, ਠੀਕ ਹੈ। ਤਾਂ ਉਹਦਾ ਮਤਲਬ ਇਹੀ ਹੁੰਦਾ ਹੈ, ਸਾਨੂੰ ਕਦੇ ਵੀ ਇਸ ਜਗ੍ਹਾ ਤੇ ਹਿੱਟ ਨਹੀਂ ਕਰਨਾ ਚਾਹੀਦਾ। ਚਲੋ ਇੱਥੇ ਮੈਂ ਇੱਕ ਤੁਹਾਨੂੰ ਬੜੀ ਖਾਸ ਗੱਲ ਦੱਸਦਾ ਹਾਂ, ਜਿਹੜੀ ਪਹਿਲਾਂ ਦੱਸਣੀ ਚਾਹੀਦੀ ਸੀ। ਵੈਸੇ ਆ ਜਿਹੜਾ ਸੈਰੀਬ੍ਰਮ ਹੈ ਨਾ ਬੇਟੇ, ਇਹਦੇ ਦੋ ਭਾਗ ਹੁੰਦੇ ਆ, ਦੋ ਸੈਰੀਬ੍ਰਲ ਲੋਬ ਹੁੰਦੇ ਆ, ਸੱਜਾ ਤੇ ਖੱਬਾ। ਉਹ ਤੁਹਾਨੂੰ ਐਕਚੁਅਲ ਬ੍ਰੇਨ ਦੇ ਵਿੱਚ ਵਿਖਾਵਾਂਗੇ। ਜਿਹੜੀ ਸਾਡੀ ਸੱਜੀ ਅੱਖ ਹੈ, ਜਿਹੜੀ ਸਾਡੀ ਸੱਜੀ ਅੱਖ ਹੈ ਉਹ ਕੀ ਹੈ? ਜਿਹੜੀ ਸਾਡੀ ਸੱਜੀ ਅੱਖ ਹੈ ਉਹ ਸਾਡੇ ਦਿਮਾਗ ਦੇ ਖੱਬੇ ਹਿੱਸੇ ਦੁਆਰਾ ਕੰਟਰੋਲ ਹੁੰਦੀ ਹੈ, ਤੇ ਜਿਹੜੀ ਖੱਬੀ ਅੱਖ ਹੈ ਉਹ ਦਿਮਾਗ ਦੇ ਸੱਜੇ ਹਿੱਸੇ ਦੁਆਰਾ ਕੰਟਰੋਲ ਹੁੰਦੀ ਹੈ। ਹੁਣ ਜਿਹੜਾ ਆਹਾ ਪੋਰਸ਼ਨ ਹੈ ਬੇਟੇ, ਦਿਸ ਇਜ਼ ਦਾ ਪਰਾਈਟਲ ਲੋਬ। ਪਰਾਈਟਲ ਲੋਬ, ਠੀਕ ਹੈ, ਇਹ ਤੁਰਨ ਫਿਰਨ ਤੇ ਸਾਡੀਆਂ ਸਰੀਰ ਦੀਆਂ
ਹੋਰ ਗਤੀਆਂ ਨੂੰ ਸੈਰੀਬੈਲਮ ਦੇ ਨਾਲ ਰਲ ਕੇ ਕੰਟਰੋਲ ਕਰਦਾ ਹੈ। ਇਹਦੇ ਬਾਰੇ ਆਪਾਂ ਫੇਰ ਪੜਾਂਗੇ, ਬਟ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਹੋਰ ਕਿਰਿਆਵਾਂ ਨੂੰ ਇਹ ਕੰਟਰੋਲ ਕਰਦਾ ਹੈ। ਤਾਂ ਆਓ ਹੁਣ ਆਪਾਂ ਵੇਖੀਏ ਪੀਪੀਟੀ ਦੇ ਵਿੱਚ। ਅਗਲਾ ਦਿਮਾਗ, ਤਾਂ ਇਹ 'ਚ ਵੀਡੀਓ ਚੱਲੂਗੀ ਬੇਟੇ। ਰੀਅਲ ਬ੍ਰੇਨ ਬੇਟੇ, ਬੋਲੋ ਨਾ ਬੇਟੇ, ਵਿੱਚ ਬੱਚਿਆਂ ਨੂੰ ਸੁਣਾਈ ਨਹੀਂ ਦੇਣਾ। ਬੇਟੇ ਮਿਊਟ ਯੂਅਰ ਸੈਲਫ। ਸੋ ਪਿਆਰੇ ਬੱਚਿਓ, ਤੁਸੀਂ ਇਸ ਵੀਡੀਓ ਨੂੰ ਦੇਖਿਆ। ਐਕਚੁਅਲੀ ਕੀ ਹੈ ਬੇਟੇ, ਵੀ ਤੁਸੀਂ ਸਾਰੇ ਸ਼ਾਇਦ ਟੀਵੀ ਤੇ ਜੋ ਤੁਹਾਡੀਆਂ ਕਲਾਸਿਸ ਚੱਲਦੀਆਂ ਤੁਸੀਂ ਵੇਖਦੇ ਹੋਵੋਗੇ ਜਲੰਧਰ ਦੂਰਦਰਸ਼ਨ ਤੇ, ਤੇ ਸਾਰੀਆਂ ਉਹਦੇ ਵਿੱਚ ਮੈਂ ਵੀਡੀਓ ਸ਼ੋ ਕੀਤੀਆਂ ਹੋਈਆਂ ਜਿਹਦੇ ਵਿੱਚ ਅਸਲ ਹਾਰਟ ਵੀ ਹੈ ਤੇ ਅਸਲ ਬ੍ਰੇਨ ਵੀ ਹੈ। ਤਾਂ ਚਲੋ ਹੁਣ ਆਪਾਂ ਅੱਗੋਂ ਗੱਲ ਕਰਦੇ ਹਾਂ ਮਿਡ ਬ੍ਰੇਨ ਬਾਰੇ। ਤਾਂ ਆਓ
ਤਾਂ ਬੇਟੇ ਆਹ ਦੇਖੋ, ਇਹਦੇ ਵਿੱਚ ਜਿਹੜੀ ਤੁਸੀਂ ਤਸਵੀਰ ਵੇਖ ਰਹੇ ਹੋ, ਇਹਦੇ 'ਚ ਤੁਹਾਨੂੰ ਐਗਜ਼ੈਕਟ ਦਿਖਾਇਆ ਜਾ ਰਿਹਾ ਹੈ ਕਿ ਤੁਹਾਡਾ ਜਿਹੜਾ ਦਿਮਾਗ ਹੈ ਇਹਦੇ ਕਿਹੜੇ ਭਾਗ ਕਿੱਥੇ ਕਿੱਥੇ ਹੈਗੇ ਹੈ। ਆ ਅਗਲਾ ਦਿਮਾਗ ਹੈ, ਫੋਰ ਬ੍ਰੇਨ। ਆ ਜਿਹੜਾ ਹਰੇ ਰੰਗ ਦਾ ਦਿਖਾਇਆ ਗਿਆ ਹੈ ਇਹ ਮਿਡ ਬ੍ਰੇਨ ਹੈ, ਤੇ ਆ ਜਿਹੜਾ ਪੋਰਸ਼ਨ ਦਿਖਾਇਆ ਗਿਆ ਹੈ ਇਹ ਹਾਈਂਡ ਬ੍ਰੇਨ ਹੈ। ਠੀਕ ਹੈ, ਤਾਂ ਹੁਣ ਆਪਾਂ ਜੋ ਹੈ ਮਿਡ ਬ੍ਰੇਨ ਬਾਰੇ ਗੱਲਬਾਤ ਕਰਾਂਗੇ। ਮਿਡ ਬ੍ਰੇਨ, ਤਾਂ ਆ ਜੋ ਦੇਖ ਰਹੇ ਹੋ ਬੇਟੇ, ਦਿਸ ਇਜ਼ ਦਾ ਮਿਡ ਬ੍ਰੇਨ, ਮੱਧ ਦਿਮਾਗ। ਮੱਧ ਦਿਮਾਗ ਦੇ ਵਿੱਚ ਵੇਖੋ, ਇਸ ਹਿੱਸੇ ਨੂੰ ਕਿਹਾ ਜਾਂਦਾ ਹੈ ਡਾਇਨ ਸੈਫਲੋਨ। ਕੀ ਕਿਹਾ ਜਾਂਦਾ ਹੈ? ਡਾਇਨ ਸੈਫਲੋਨ। ਆ ਜਿਹੜੀ ਤੁਸੀਂ ਚੀਜ਼ ਦੇਖ ਰਹੇ ਹੋ ਇਹ ਕੀ ਚੀਜ਼ ਹੈ? ਪਤਾ ਤੁਹਾਨੂੰ ਕੀ ਚੀਜ਼ ਹੋ ਸਕਦੀ ਹੈ? ਇਹ ਦਿਸ ਇਜ਼ ਦਾ ਪਿਚੁਟਰੀ। ਆ ਜਿਹੜਾ, ਜੀ ਬੇਟੇ, ਤਾਂ ਆ ਜਿਹੜਾ ਹੈਗਾ ਹੈ ਇਹ ਸਾਰਾ ਜਿਹੜਾ ਤੁਹਾਡੇ ਮਿਡ ਬ੍ਰੇਨ ਦੇ ਵਿੱਚ ਹੁੰਦਾ ਹੈ, ਦਿਸ ਇਜ਼ ਦਾ ਮਿਡ ਬ੍ਰੇਨ। ਤਾਂ ਤੁਹਾਡਾ ਪਿਚੁਟਰੀ ਗਲੈਂਡ ਆ ਗਿਆ ਬੇਟੇ। ਇਸ ਕੈਵਿਟੀ ਨੂੰ ਥੈਲਮਾਈ ਕੈਵਿਟੀ ਕਹਿੰਦੀ ਹੈ, ਤੇ ਇਹਦੇ ਬੇਸ ਨੂੰ ਹਾਈਪੋ ਥੈਲਮਸ ਕਿਹਾ ਜਾਂਦਾ ਹੈ। ਠੀਕ ਹੈ, ਆ ਸਾਰੀ ਥੈਲਮਾਈ ਕੈਵਿਟੀ ਹੈ, ਬੇਸ ਇਜ਼ ਹਾਈਪੋ ਥੈਲਮਸ। ਹਾਈਪੋ ਥੈਲਮਸ ਸੁਣਿਆ ਨਾ ਤੁਸੀਂ? ਇਹ ਸਾਡੇ ਸਰੀਰ ਦੀ ਸਾਰੇ ਗ੍ਰੰਥੀਆਂ ਨੂੰ ਕੰਟਰੋਲ ਕਰਦੀ ਹੈ, ਪਿਚੁਟਰੀ। ਤੇ ਪਿਚੁਟਰੀ ਤੇ ਕੰਟਰੋਲ ਕਿਹਦਾ ਹੈਗਾ? ਹਾਈਪੋ ਥੈਲਮਸ ਦਾ। ਤਾਂ ਇਹ ਸਾਡਾ ਹੈਗਾ ਬੇਟੇ ਮਿਡ ਬ੍ਰੇਨ, ਮੱਧ ਦਿਮਾਗ। ਠੀਕ ਹੈ, ਇੱਕ ਤੁਹਾਨੂੰ ਮੈਂ ਨਵੀਂ ਚੀਜ਼ ਹੋਰ ਦੱਸਣ ਲੱਗਿਆ। ਤੁਸੀਂ ਹਿਪੋਕੈਂਪਸ ਸੁਣਿਆ, ਜਿਹਨੂੰ ਪੰਜਾਬੀ ਚ ਕਹਿੰਦੇ ਆ ਦਰਿਆਈ ਘੋੜਾ, ਛੋਟਾ ਜੀ ਮੱਛੀ ਹੁੰਦੀ ਹੈ। ਤਾਂ ਸਾਡੇ ਪੜ੍ਹ ਕੇ ਆਏ, ਸਾਡੇ ਦਿਮਾਗ ਦੇ ਵਿੱਚ ਨਾ ਬਿਲਕੁਲ ਉਹਦੀ ਵਰਗੀ ਇੱਕ ਰਚਨਾ ਹੁੰਦੀ ਹੈ। ਆ ਵੇਖੋ ਜਿੱਥੇ ਕਰਸਰ ਚੱਲ ਰਿਹਾ ਹੈ, ਤੇ ਉਹਦੇ ਵਰਗੀ, ਉਹਦੇ ਨਾਲ ਮਿਲਣ ਜੁਲਣ ਕਰਕੇ ਇਹਨੂੰ ਹਿਪੋਕੈਂਪਸ ਕਹਿ ਦਿੱਤਾ ਜਾਂਦਾ ਹੈ। ਠੀਕ ਹੈ, ਤੇ ਇਹਨਾਂ ਦੇ ਜਿਹੜੇ ਫੰਕਸ਼ਨ ਹੈ ਉਹ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈਗੇ। ਠੀਕ ਹੈ, ਤਾਂ ਮੈਂ ਤੁਹਾਨੂੰ ਜੋ ਹੁਣ ਦਿਖਾਵਾਂਗਾ ਉਹ ਹਾਈਂਡ ਬ੍ਰੇਨ ਦਿਖਾਉਂਦੇ ਹਾਂ। ਠੀਕ ਹੈ, ਤਾਂ ਹਾਈਂਡ ਬ੍ਰੇਨ ਦੇ ਵਿੱਚ ਤੁਹਾਡੇ ਕੋਲ ਜਿਹੜਾ ਪਿਛਲਾ ਦਿਮਾਗ ਹੈ ਬੇਟੇ, ਪਿਛਲਾ ਦਿਮਾਗ, ਆ ਤੁਹਾਡੇ ਕੋਲ ਆ ਗਿਆ ਪਿਛਲਾ ਦਿਮਾਗ। ਤਾਂ ਪਿਛਲੇ ਦਿਮਾਗ ਦੇ ਵਿੱਚ ਬੇਟੇ ਦਿਸ ਇਜ਼ ਦਾ ਸੈਰੀਬੈਲਮ। ਹੁਣ ਕਨਫਿਊਜ਼ ਨਾ ਹੋ ਜਾਇਆ ਜੇ, ਜਿਹੜੀ ਚੀਜ਼ ਤੁਹਾਨੂੰ ਦੱਸੀ ਸੀ ਨਾ ਸੈਰੀਬ੍ਰਮ, ਉਹ ਸੈਰੀਬ੍ਰਮ ਸੀ ਸਭ ਤੋਂ ਵੱਡਾ ਭਾਗ, ਇਹ ਹੈਗਾ ਸੈਰੀਬੈਲਮ। ਦਿਸ ਇਜ਼ ਦਾ ਸੈਰੀਬੈਲਮ। ਆ ਕੀ ਹੈ? ਸੈਰੀਬੈਲਮ, ਇਹਨੂੰ ਟ੍ਰੀ ਆਫ ਲਾਈਫ ਵੀ ਕਹਿ ਦਿੰਦੇ ਹੈ। ਆ ਦੇਖੋ, ਤੁਹਾਨੂੰ ਲੱਗਦਾ ਪਿਆ ਨਾ ਜਿਵੇਂ ਵਿੱਚ ਇੱਕ ਦਰਖਤ ਜਿਹਾ ਬਣਿਆ ਹੋਵੇ। ਤਾਂ ਦੂਜਾ, ਇਹਨੂੰ ਇਹ ਕਹਿਣ ਦਾ ਕਾਰਨ ਕੀ ਹੈ? ਤੁਹਾਡੇ ਸਰੀਰ ਦੇ ਵਿੱਚ ਸਾਰੀਆਂ ਪੇਸ਼ੀ ਟਿਸ਼ੂ ਦੀਆਂ ਗਤੀਆਂ ਤੇ ਤੁਹਾਡੇ ਸਿੱਧੇ ਖੜੇ ਰਹਿਣ ਲਈ ਇਹ ਜ਼ਿੰਮੇਵਾਰ ਹੈ। ਠੀਕ ਹੈ, ਇਹ ਤੁਹਾਡੇ ਦਿਮਾਗ ਦੇ ਸਿਰ ਦੇ ਪਿਛਲੇ ਪਾਸੇ ਹੱਥ ਲਾਓ, ਥੋੜਾ ਜਿਹਾ ਉਭਰਿਆ ਹੋਇਆ ਹਿੱਸਾ ਹੋਊਗਾ, ਉੱਥੋਂ ਸ਼ੁਰੂ ਹੋ ਕੇ ਤੇ ਹੇਠਲੇ ਹਿੱਸੇ ਤੱਕ ਇਹ ਕਿਹੜਾ ਪੋਰਸ਼ਨ ਹੈ? ਸੈਰੀ ਬੈਲਮ। ਇਹ ਵੀ ਤੁਹਾਨੂੰ ਮੈਂ ਓਰੀਜਿਨਲ ਦਿਖਾਊਂਗਾ ਵੀਡੀਓ ਦੇ ਵਿੱਚ। ਇਸ ਹਿੱਸੇ ਨੂੰ ਕਿਹਾ ਜਾਂਦਾ ਹੈ ਪੋਨਸ। ਇਹ ਤੁਹਾਡੇ ਦਿਮਾਗ ਤੇ ਗਰਦਨ ਦੇ ਵਿਚਾਲੇ ਆ ਜਾਂਦਾ ਹੈ, ਇਹ ਫੁੱਲਿਆ ਹੋਇਆ ਹਿੱਸਾ ਹੈ, ਇਹ ਸਾਡੀਆਂ ਸਾਹ ਦੀ ਡੂੰਘਾਈ ਨੂੰ ਕੰਟਰੋਲ ਕਰਦਾ ਹੈ। ਠੀਕ ਹੈ,
ਤੇ ਆ ਹੈਗਾ ਬੇਟੇ ਮੈਡੂਲਾ ਅਬਲੋਂਗੇਟਾ, ਇਹਨੂੰ ਐਮਓ ਵੀ ਕਹਿ ਦਿੰਦੇ ਹੈ, ਮੈਡੂਲਾ ਅਬਲੋਂਗੇਟਾ। ਠੀਕ ਹੈ, ਇਹ ਕੀ ਕਰਦਾ ਹੈ, ਇਹ ਸਾਡੇ ਸਰੀਰ ਦੇ ਵਿੱਚ ਸਾਹਾਂ ਦੀ ਗਿਣਤੀ ਨੂੰ ਕੰਟਰੋਲ ਕਰਦਾ ਹੈ। ਦਿਸ ਇਜ਼ ਦਾ ਮੈਡੂਲਾ ਅਬਲੋਂਗੇਟਾ, ਤੇ ਸਾਡੇ ਸਰੀਰ ਵਿੱਚ ਸਾਹਾਂ ਦੀ ਗਿਣਤੀ ਨੂੰ ਕੰਟਰੋਲ ਕਰਦਾ ਹੈ। ਠੀਕ ਹੈ, ਤਾਂ ਆਓ ਹੁਣ ਆਪਾਂ ਅਸਲ 'ਚ ਵੇਖੀਏ ਇਹ ਕਿਵੇਂ ਹੁੰਦੇ ਹੈ। ਯੈਸ ਬੇਟੇ, ਬੇਟੇ ਮੈਨੂੰ ਹੁਣ ਫਿਰ ਪਿੱਛੇ ਜਾਣਾ ਪੈਣਾ, ਚਲੋ ਮੈਂ ਚੱਲਦਾ ਹਾਂ ਫਿਰ, ਉੱਥੇ ਹੀ ਚੱਲਦਾ ਹਾਂ। ਤਾਂ ਦੇਖੋ ਪੁੱਤ, ਧਿਆਨ ਨਾਲ ਦੇਖਿਓ ਹੁਣ, ਇਹ ਤੁਹਾਨੂੰ ਅਸਲ ਦੇ ਵਿੱਚ ਵੀ ਵਿਖਾਉਣਾ ਹੈ ਮੈਂ। ਇਹਨੂੰ ਕਹਿੰਦੇ ਆ ਸੈਰੀ ਬੈਲਮ। ਆਹ ਜਿਹੜੀ ਚੀਜ਼ ਆਪਾਂ ਪੜ੍ਹੀ ਸੀ, ਦਿਖਦੀ ਪਈ ਹੈ ਨਾ, ਆਹ ਸੀ ਸੈਰੀ ਬ੍ਰਹਮ। ਇਹਦੇ ਹੇਠਲੇ ਪਾਸੇ ਆ ਜਿੱਥੇ ਮੇਰਾ ਕਰਸਰ ਦਿਖਾਈ ਦੇ ਰਿਹਾ ਹੈ, ਇਹਨੂੰ ਕਹਿੰਦੇ ਆ ਸੈਰੀ ਬੈਲਮ। ਕੀ ਕਹਿੰਦੇ ਆ? ਸੈਰੀ ਬੈਲਮ। ਤੇ ਇਹ ਸਾਡੇ ਸਰੀਰ ਦੀਆਂ ਗਤੀਆਂ ਨੂੰ ਕੰਟਰੋਲ ਕਰਦਾ ਹੈ, ਸਾਡੇ ਸਰੀਰ ਦੀਆਂ ਗਤੀਆਂ ਨੂੰ, ਤੇ ਸਾਡੇ ਸਰੀਰ ਦਾ ਬੈਲੈਂਸ ਬਣਾ ਕੇ ਰੱਖਦਾ ਹੈ। ਤੁਸੀਂ ਸਿੱਧੇ ਖੜੇ ਹੁੰਦੇ ਹੋ, ਤੁਸੀਂ ਸਾਈਕਲ ਚਲਾਉਂਦੇ ਹੋ, ਬਾਈਕ ਚਲਾਉਂਦੇ ਹੋ, ਤਾਂ ਆਹ ਜਿਹੜਾ ਹਿੱਸਾ ਹੈ ਇਹ ਉਸ ਚੀਜ਼ ਲਈ ਜ਼ਿੰਮੇਵਾਰ ਹੈ। ਠੀਕ ਹੈ, ਇਸ ਹਿੱਸੇ ਨੂੰ ਕਿਹਾ ਜਾਂਦਾ ਬੇਟੇ ਪੋਨਸ। ਇਹ ਸਾਡੇ ਸਰੀਰ ਦੇ ਵਿੱਚ ਸਾਹ ਦੀ ਡੂੰਘਾਈ, ਕਿ ਤੁਸੀਂ ਕਿੰਨਾ ਲੰਬਾ ਸਾਹ ਲੈਣਾ ਹੈ, ਡੈਪਥ ਆਫ ਬਰੀਦ, ਉਹਨੂੰ ਕੰਟਰੋਲ ਕਰਦਾ ਹੈ। ਤੇ ਇਸ ਹਿੱਸੇ ਨੂੰ ਕਿਹਾ ਜਾਂਦਾ ਮੈਡੂਲਾ ਅਬਲੋਂਗੇਟਾ ਔਰ ਐਮਓ। ਇਹ ਸਾਹ ਦੀ ਜੋ ਸਾਡੀ ਗਿਣਤੀ ਹੈ ਉਹਨੂੰ ਕੰਟਰੋਲ ਕਰਦਾ ਹੈ। ਠੀਕ ਹੈ, ਤਾਂ ਆਪਾਂ ਹੁਣ ਵੀਡੀਓ 'ਚ ਚੱਲਦੇ ਹਾਂ। ਪਹਿਲਾਂ ਮੱਧ ਦਿਮਾਗ ਦੇਖੋ ਬੇਟੇ, ਇਹ ਵੀਡੀਓ ਦੀ ਆਵਾਜ਼ ਹੋਊਗੀ, ਤੁਸੀਂ ਕਿਸੇ ਨੇ ਬੋਲਣਾ ਨਹੀਂ। ਤੇ ਬੇਟੇ ਤੁਸੀਂ ਆ ਦੋ ਗੋਲ ਬੋਡੀਜ਼ ਦੇਖ ਰਹੇ ਹੋ, ਦੋ ਗੋਲੀਆਂ ਜੀਆਂ ਦੇਖ ਰਹੇ ਹੋ ਬ੍ਰੇਨ ਦੇ ਵਿੱਚ, ਇਹਨਾਂ ਨੂੰ ਕਹਿੰਦੇ ਬੋਡੀਜ਼। ਮੈਮਲਰੀ ਬੋਡੀ ਮੀਨਸ ਵੀ ਇਹ ਸਿਰਫ ਮੈਮਲ, ਸਤਨਧਾਰੀ ਜੀਵਾਂ ਦੇ ਵਿੱਚ ਹੁੰਦੀਆਂ ਹੈ। ਤੇ ਜੇ ਇਸ ਜਗ੍ਹਾ ਤੇ ਗੱਲ ਕਰੀਏ ਜਿੱਥੇ ਹਾਲੇ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ, ਥੋੜਾ ਜਿਹਾ ਮਾਸ ਦਿਖਾਈ ਦੇ ਰਿਹਾ, ਇਹਦੇ ਥੱਲੇ ਇੱਕ ਹੋਰ ਗੋਲੀ ਜੀ ਹੈ, ਉਹਨੂੰ ਕਹਿੰਦੇ ਆ ਪੀਨੀਅਲ ਬੋਡੀ। ਇਹ ਤੁਹਾਡੀ ਜਿਹੜੀਆਂ ਰਿਦਮੀਕਲ ਮੂਵਮੈਂਟਸ ਹੈ ਨਾ, ਜਿਵੇਂ ਤੁਸੀਂ ਸਵੇਰੇ ਉੱਠਦੇ ਹੋ, ਕਈ ਬੱਚੇ ਡੇਲੀ 5 ਵਜੇ ਉੱਠਦੇ ਹੈ, ਕਈ 10 ਵਜੇ ਉੱਠਦੇ ਹੈ, ਕਈ 8 ਵਜੇ ਸੋ ਜਾਂਦੇ ਹੈ, ਕਈਆਂ ਦੇ ਰੋਜ਼ ਦਾ ਸੌਣ ਦਾ ਟਾਈਮ 11 ਵਜੇ ਦਾ ਹੈ, ਤਾਂ ਉਹਨਾਂ ਕਿਰਿਆਵਾਂ ਨੂੰ ਸਾਡੀ ਨੀਂਦ ਤੇ ਸਾਡੀਆਂ ਜਿਹੜੀਆਂ ਰਿਦਮੀਕਲ ਐਕਟੀਵਿਟੀਜ਼ ਹੈ ਉਹਨਾਂ ਨੂੰ ਕੰਟਰੋਲ ਕਰਦੇ ਹੈ। ਤੁਸੀਂ ਕਈ ਵਾਰੀ ਵੇਖਿਆ ਹੋਣਾ, ਜਦੋਂ ਤੁਸੀਂ ਸਕੂਲ ਜਾਂਦੇ ਸੀ ਤਾਂ ਅੱਧੀ ਛੁੱਟੀ ਵੇਲੇ ਤੁਸੀਂ ਖਾਣਾ ਖਾਂਦੇ ਸੀ,
ਤੁਸੀਂ ਘਰੇ ਹੁੰਦੇ ਸੀ ਛੁੱਟੀ ਵਾਲੇ ਦਿਨ ਤਾਂ ਤੁਹਾਨੂੰ ਉਸੇ ਟਾਈਮ ਭੁੱਖ ਲੱਗਦੀ ਸੀ ਜਦੋਂ ਸਕੂਲ ਵਿੱਚ ਅੱਧੀ ਛੁੱਟੀ ਹੁੰਦੀ ਸੀ। ਤਾਂ ਉਹ ਜਿਹੜੀਆਂ ਸਾਡੇ ਸਰੀਰ ਦਾ ਕਲੌਕ ਹੈ ਉਹਨੂੰ ਇਸ ਚੀਜ਼ ਤੇ ਕੰਟਰੋਲ ਕੀਤਾ ਜਾਂਦਾ ਹੈ। ਇੱਥੇ ਪੀਨੀਅਲ ਬੋਡੀ ਹੁੰਦੀ ਹੈ। ਵੈਸੇ ਤੁਸੀਂ ਅਗਲੀਆਂ ਕਲਾਸਿਸ ਦੇ ਵਿੱਚ ਪੜ੍ਹੋਗੇ ਤਾਂ ਉਹ ਤੁਹਾਨੂੰ ਉੱਥੇ ਚੱਲ ਕੇ ਆਪਾਂ ਵਿਖਾਵਾਂਗੇ। ਤਾਂ ਉਹ ਪਿਛਲਾ ਦਿਮਾਗ ਵੇਖੀ ਇਹਦੇ ਵਿੱਚ ਬੇਟੇ, ਕੋਈ ਵੀ ਬੱਚਾ ਐਰੋ ਵਗੈਰਾ ਪਲੀਜ਼। ਤਾਂ ਚਲੋ ਹੁਣ ਪਿਛਲਾ ਦਿਮਾਗ ਵੇਖਦੀ ਹੈ। ਵੀਡੀਓ ਚੱਲਣ ਨੂੰ ਥੋੜਾ ਟਾਈਮ ਲੈ ਰਹੀ ਹੈ ਬੇਟੇ। ਤਾਂ ਚਲੋ ਮੈਂ ਤੁਹਾਨੂੰ ਦੁਬਾਰਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ। ਪੀਪੀਟੀ ਜੋ ਹੈ ਉਹ ਚੱਲ ਨਹੀਂ ਰਹੀ। ਤਾਂ ਬੇਟੇ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕਿ ਸਾਡੇ ਸਰੀਰ ਦੇ ਵਿੱਚ ਕੀ ਹੁੰਦਾ ਹੈ। ਬੇਟੇ ਆਵਾਜ਼ ਆ ਰਹੀ ਹੈ ਸਕਰੀਨ ਕਿ ਨਹੀਂ? ਸਕਰੀਨ ਨਹੀਂ ਆ ਰਹੀ। 1 ਸੈਕਿੰਡ ਬੇਟੇ। ਆ ਰਹੀ ਹੈ ਬੇਟੇ ਸਕਰੀਨ? ਪਿਛਲਾ ਦਿਮਾਗ ਆਪਾਂ ਦੇਖਦੇ ਹਾਂ। ਤੇ ਪਲੀਜ਼ ਚਲੋ ਤੁਸੀਂ ਛੋਟੀ ਸਕਰੀਨ ਤੇ ਦੇਖੋ।
रोहित बेटे प्लीज स्क्रीन ते ना करो। बेटे की कर रहे हो तुसीं? अमन ਤਾਂ ਬੇਟੇ ਤੁਹਾਨੂੰ ਤੁਸੀਂ ਦੇਖਿਆ ਹੋਣਾ ਹੈ ਦਿਮਾਗ, ਤਾਂ ਆਵਾਜ਼ ਆਈ ਬੇਟੇ? ਇੱਕ ਬੱਚਾ ਮਾਈਕ ਉਹ ਫੋਨ ਕਰਕੇ ਦੱਸ ਦਿਓ। ਠੀਕ ਹੈ ਬੇਟੇ, ਤਾਂ ਮੈਂ ਤੁਹਾਡੇ ਨਾਲ ਇਹ ਪੀਪੀਟੀ ਅੱਜ ਈਵਨਿੰਗ 'ਚ ਸ਼ੇਅਰ ਕਰਾਂਗਾ। ਤਾਂ ਇਹ ਸੀ ਆਲ ਅਬਾਊਟ ਹਿਊਮਨ ਬ੍ਰੇਨ, ਅਸੀਂ ਸਾਰਾ ਕੁਝ ਆਪਣੇ ਦਿਮਾਗ ਬਾਰੇ ਪੜ੍ਹਿਆ ਇਹਦੇ ਵਿੱਚ। ਤਾਂ ਹੁਣ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਉਹ ਹੈ ਆਪਣੇ ਪੌਦਾ ਹਾਰਮੋਨ, ਪੌਦਿਆਂ ਦੇ ਵਿੱਚ ਕਾਬੂ ਤੇ ਤਾਲਮੇਲ। ਤਾਂ ਬੱਚੇ ਤੁਸੀਂ ਪੌਦਿਆਂ ਬਾਰੇ ਵੇਖਿਆ ਹੋਣਾ ਹੈ, ਜੇ ਆਪਾਂ ਇਹਨਾਂ ਦਿਨਾਂ ਦੇ ਵਿੱਚ ਪੌਦਿਆਂ ਨੂੰ ਦੇਖੀਏ ਤਾਂ ਸਾਨੂੰ ਤੁਸੀਂ ਕੀ ਦੇਖਦੇ ਹੋ ਵੀ ਉਹਨਾਂ ਦੇ ਪੱਤੇ ਝੜ ਰਹੇ ਹੈ, ਠੀਕ ਹੈ, ਫਲ ਜਿਹੜੇ ਪੱਕੇ ਹੋਏ ਹੈ ਉਹ ਥੱਲੇ ਡਿੱਗਦੇ ਪਏ ਹੈ, ਠੀਕ ਹੈ, ਤੇ ਜਿਹੜੇ ਫਲ ਪਹਿਲਾਂ ਦੇ ਲੱਗੇ ਹੋਏ ਹੈ ਉਹ ਪੱਕਦੇ ਪਏ ਹੈ। ਤਾਂ ਹੁਣ ਪੌਦਿਆਂ ਦੇ ਵਿੱਚ ਵੀ ਤਾਂ ਹੁੰਦਾ ਹੈ ਨਾ, ਕੁਝ ਪੌਦਿਆਂ ਦੇ ਵਿੱਚ ਸਰਦੀਆਂ ਦੇ ਵਿੱਚ ਫੁੱਲ ਪੈਂਦਾ ਹੈ, ਕੁਝ ਪੌਦਿਆਂ ਦੇ ਵਿੱਚ ਗਰਮੀਆਂ ਦੇ ਵਿੱਚ ਫੁੱਲ ਪੈਂਦਾ ਹੈ, ਕੁਝ ਪੌਦਿਆਂ ਦੇ ਵਿੱਚ ਬਸੰਤ 'ਚ ਤੇ ਕੁਝ ਪੌਦਿਆਂ ਦੇ ਵਿੱਚ ਆਟਮ ਸੀਜ਼ਨ ਦੇ ਵਿੱਚ। ਹੁਣ ਜੇ ਆਪਾਂ ਅੱਕ ਵੇਖੀਏ ਤਾਂ ਅੱਕ ਆਪਾਂ ਨੂੰ ਪੂਰੀ ਗਰਮੀ ਦੇ ਵਿੱਚ ਵਿਖਾਈ ਦਿੰਦੀ ਹੈ, ਠੀਕ ਹੈ, ਤਾਂ ਉਹ ਕੀ ਹੈ, ਉਹ ਕਿਵੇਂ ਹੁੰਦਾ ਹੈ ਤੇ ਪੌਦੇ ਕਿਸ ਤਰ੍ਹਾਂ ਕੰਟਰੋਲ ਕਰਦੇ ਹੈ, ਤਾਂ ਆਪਾਂ ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ, ਠੀਕ ਹੈ। ਤਾਂ ਤੁਹਾਨੂੰ ਮੈਂ ਕੋਸ਼ਿਸ਼ ਕਰਾਂਗਾ ਦਿਖਾਉਣ ਦੀ। ਤਾਂ ਸਾਡੇ ਜਿਹੜੇ ਪੌਦੇ ਹੁੰਦੇ ਆ ਬੱਚੇ, ਤਾਂ ਉਹਨਾਂ ਦੇ ਵਿੱਚ ਜਿਵੇਂ ਹੁਣ ਦੇਖੋ ਤੁਸੀਂ ਆਹ ਚੀਜ਼ ਦੇਖ ਰਹੇ ਹੋ, ਤਾਂ ਕਰੁੰਬਲਾਂ ਜਿਹੜੀਆਂ ਹੈਗੀਆਂ, ਜਿਹੜੀਆਂ ਬਰਡਸ ਹੈ ਇਹ ਹੁਣ ਗਰੋ ਨਹੀਂ ਕਰਦੀਆਂ ਪਈਆਂ, ਦੇਖ ਰਹੇ ਹੋ ਨਾ, ਇਹ ਜਰਮੀਨੇਟ ਨਹੀਂ ਕਰਦੀਆਂ, ਇਹ ਪੁੰਗਰਨੀਆਂ ਨਹੀਂ। ਇਹ ਕਦੋਂ ਪੁੰਗਰਨੀਆਂ? ਇਹ ਪੁੰਗਰਨੀਆਂ ਹੁਣ ਫਰਵਰੀ 'ਚ ਜਾ ਕੇ, ਜਦੋਂ ਸਾਡੇ ਕੀ ਹੈ ਆਪਟੀਮਮ ਟੈਂਪਰੇਚਰ ਕੰਡੀਸ਼ਨ ਹੋਣਗੀਆਂ, ਠੀਕ ਹੈ। ਤਾਂ ਹੁਣ ਇਹਨਾਂ ਨੂੰ ਕੰਟਰੋਲ ਕੌਣ ਕਰਦਾ ਹੈ ਬਈ, ਕਿਵੇਂ ਹੁੰਦਾ ਹੈ? ਤੁਸੀਂ ਵੇਖਿਆ ਹੋਣਾ ਵੀ ਕੁਝ ਪੌਦੇ ਜਿਹੜੇ ਹੈਗੇ ਐ ਉਹ ਸੂਰਜ ਦੇ ਵਾਲੇ ਪਾਸੇ, ਸਾਰੇ ਪੌਦੇ ਸੂਰਜ ਵੱਲ ਮੁੜ ਜਾਂਦੇ ਐ, ਠੀਕ ਹੈ, ਕੁਝ ਪੌਦੇ ਜਿਹੜੇ ਹੈਗੇ ਐ
ਉਹ ਮਤਲਬ ਕਿ ਜੜ੍ਹਾਂ ਹਮੇਸ਼ਾ ਥੱਲੇ ਨੂੰ ਜਾਂਦੀਆਂ ਹੈ, ਤੇ ਤੁਸੀਂ ਕੋਈ ਇਹੋ ਜਿਹਾ ਬੂਟਾ ਦੱਸ ਸਕਦੇ ਹੋ ਜਿਹਦੀਆਂ ਜੜ੍ਹਾਂ ਮਤਲਬ ਕਿ ਉੱਪਰ ਨੂੰ ਆਉਂਦੀਆਂ ਹੋਣ? ਬੇਟੇ ਪਤਾ ਹੈ ਤੁਹਾਨੂੰ ਕੋਈ? ਨਹੀਂ ਨਹੀਂ ਬੇਟੇ, ਥੱਲੇ ਨੂੰ ਜਾਂਦੀਆਂ ਹੈ। ਹੋਰ ਦੀਆਂ ਜਿਹੜੀਆਂ ਜੜ੍ਹਾਂ ਹੈ ਬੇਟੇ, ਉਹ ਵੀ ਥੱਲੇ ਨੂੰ ਜਾਂਦੀਆਂ, ਪ੍ਰੋਪ ਰੂਟਸ ਹੁੰਦੀਆਂ। ਇੱਕ ਨਾ ਦਲਦਲ ਵਾਲੀਆਂ ਥਾਵਾਂ ਚੁੱਗਣ ਵਾਲੇ ਦਰਖਤ ਹੁੰਦੇ ਆ, ਉਹਨਾਂ ਨੂੰ ਕਹਿੰਦੇ ਆ ਮੈਂਗਰੂਵਸ ਟ੍ਰੀ। ਉਹਨਾਂ ਦੀਆਂ ਜਿਹੜੀਆਂ ਜੜ੍ਹਾਂ ਹੈ ਪਹਿਲਾਂ ਥੱਲੇ ਜਾਂਦੀਆਂ, ਫਿਰ ਉੱਪਰ ਨੂੰ ਜਾਣਾ ਸ਼ੁਰੂ ਕਰ ਦਿੰਦੀਆਂ ਕਿਉਂਕਿ ਉਹ ਸਾਹ ਲੈਂਦੀਆਂ। ਤਾਂ ਬੱਚੇ ਅੱਜ ਆਪਾਂ ਇਹ ਚੀਜ਼ ਵੇਖਣੀ ਹੈ ਕਿ ਪੌਦਿਆਂ ਦੇ ਵਿੱਚ ਇਹ ਸਾਰਾ ਕੁਝ ਕਿਵੇਂ ਤੇ ਕਦੋਂ ਤੇ ਕੌਣ ਕੰਟਰੋਲ ਕਰਦਾ ਹੈ। ਤਾਂ ਚਲੋ ਆਪਾਂ ਫਿਰ ਸ਼ੁਰੂ ਕਰੀਏ। ਤਾਂ ਪੌਦਿਆਂ ਦੇ ਵਿੱਚ ਜਿਹੜੇ 5 ਤਰ੍ਹਾਂ ਦੇ ਹਾਰਮੋਨ ਹੁੰਦੇ ਹੈ, ਠੀਕ ਹੈ, ਪੌਦੇ ਹਾਰਮੋਨ ਕਿੰਨੇ ਹੁੰਦੇ ਹੈ? 5 ਹੁੰਦੇ ਹੈ। ਇੱਥੇ 6 ਦਿਖਾਏ ਗਏ ਹੈ। ਜਿਹੜਾ ਬ੍ਰੈਸੀਕੋਸਟੀਰੋਇਡ ਹੈ ਇਹ ਤੁਹਾਡੇ ਸਿਲੇਬਸ ਵਿੱਚ ਨਹੀਂ ਹੈਗਾ ਬੇਟੇ। ਤੁਸੀਂ ਨਾ ਚਰਨਜੀਤ ਕੌਰ ਬੇਟੇ, ਮੈਂ ਸਾਰਿਆਂ ਨੂੰ ਮਿਊਟ ਕਰਤਾ, ਮੈਂ ਮਿਊਟ ਕਰਤਾ ਬੇਟੇ ਸਾਰਿਆਂ ਨੂੰ। ਤੇ ਪਲੀਜ਼ ਆਪਣਾ ਮਾਈਕ ਔਨ ਨਹੀਂ ਕਰਨਾ। ਇੱਕ ਤਾਂ ਕੱਲ ਤੋਂ ਮੇਰੀ ਇੱਕ ਗੱਲ ਸੁਣ ਲਓ, ਵੀ ਜਿਹੜੇ ਬੱਚੇ ਸਕਰੀਨ ਤੇ ਕੁਝ ਵੀ ਲਿਖਣਗੇ ਜਾਂ ਜਿਹੜੇ ਬੱਚੇ ਡਿਸਟਰਬੈਂਸ ਕ੍ਰੀਏਟ ਕਰਨਗੇ, ਮੈਂ ਉਹਨਾਂ ਨੂੰ ਕਲਾਸ ਚੋਂ ਰਿਮੂਵ ਕਰ ਦਿਆਂਗਾ, ਠੀਕ ਹੈ? ਤੇ ਇੱਕ ਸਾਰੇ ਬੱਚੇ ਪਲੀਜ਼ ਜਲਦੀ ਤੋਂ ਜਲਦੀ ਕਲਾਸ ਜੁਆਇਨ ਕਰ ਲਿਆ ਕਰੋ, ਕਿਉਂਕਿ ਤੁਹਾਡਾ ਬਹੁਤ ਕੁਝ ਮਿਸ ਹੋ ਜਾਂਦਾ ਹੈ। ਤਾਂ ਚਲੋ ਆਪਾਂ ਹੁਣ ਸ਼ੁਰੂ ਕਰਦੇ ਹਾਂ। ਤਾਂ ਹੁਣ ਦੇਖੋ, ਸਾਡੇ ਜਿਹੜੇ ਅਸੀਂ ਪੌਦਾ ਹਾਰਮੋਨ ਪੜ੍ਹਨੀ ਹੈ, ਪਲਾਂਟ ਹਾਰਮੋਨ। ਅਰਮਾਨ ਬੇਟੇ, ਤੁਸੀਂ ਬਹੁਤ ਸਕਰੀਨ ਤੇ ਕਰਦੇ ਪਏ ਹੋ। ਤਾਂ ਸਾਰੇ ਤੋਂ ਪਹਿਲਾਂ ਹੈ ਜੀ ਔਗਜ਼ਿਨ ਬੇਟੇ, ਇਹਦਾ ਪੰਜਾਬੀ ਤੇ ਇੰਗਲਿਸ਼ ਦੋਵਾਂ 'ਚ ਨਾਮ ਔਗਜ਼ਿਨ ਹੈ। ਦੂਜਾ ਹੈ ਜਿਬਰਾਲਿਨ, ਤੀਜਾ ਹੈ ਸਾਈਟੋਕਾਈਨਿਨ, ਚੌਥਾ ਹੈ ਇਥਾਈਲੀਨ ਤੇ ਪੰਜਵਾਂ ਹੈ ਐਬਸੀਸਿਕ ਐਸਿਡ। ਤਾਂ ਤੁਸੀਂ ਸਾਰਿਆਂ ਤੋਂ ਪਹਿਲਾਂ ਕਿਹੜਾ ਪੜ੍ਹਨਾ ਹੈ? ਔਗਜ਼ਿਨ। ਦੂਜਾ ਕਿਹੜਾ ਪੜ੍ਹਨਾ ਹੈ? ਜਿਬਰਾਲਿਨ। ਤੀਜਾ ਕਿਹੜਾ ਪੜ੍ਹਨਾ ਹੈ? ਸਾਈਟੋਕਾਈਨਿਨ। ਚੌਥਾ ਇਥਾਈਲੀਨ ਤੇ ਪੰਜਵਾਂ ਐਬਸੀਸਿਕ ਐਸਿਡ। ਤਾਂ ਆਓ ਹੁਣ ਆਪਾਂ ਹੌਲੀ ਹੌਲੀ ਇਹਨਾਂ ਬਾਰੇ ਗੱਲਬਾਤ ਕਰੀਏ। ਤਾਂ ਹੁਣ ਕੀ ਹੈ ਬੇਟੇ, ਸਾਰਿਆਂ ਤੋਂ ਪਹਿਲਾਂ ਆਪਾਂ ਪੜ੍ਹਨ ਲੱਗੇ ਹਾਂ ਔਗਜ਼ਿਨ। ਸਿਕਸ ਨਹੀਂ ਪੜ੍ਹਾਉਣਾ ਬੇਟੇ ਤੁਹਾਨੂੰ, ਤੁਹਾਡੇ ਸਿਲੇਬਸ 'ਚ ਨਹੀਂ ਹੈ, ਵੱਡੀਆਂ ਕਲਾਸਿਸ 'ਚ ਹੈ। ਤਾਂ ਬੇਟਾ ਜਿਹੜਾ ਔਗਜ਼ਿਨ ਹੈ ਨਾ, ਤੁਸੀਂ ਦੇਖਦੇ ਹੋ ਵੀ ਪੌਦੇ ਹਮੇਸ਼ਾ ਸੂਰਜ ਵੱਲ ਮੁੜਦੇ ਹੈ ਨਾ, ਸਨਲਾਈਟ ਵੱਲ ਮੁੜਦੇ ਹੈ। ਜੇ ਮੰਨ ਲਓ ਤੁਸੀਂ ਘਰ ਦੇ ਅੰਦਰ ਕੋਈ ਬੂਟਾ ਰੱਖਿਆ ਹੋਇਆ, ਤਾਂ ਉਹ ਵਿੰਡੋ ਵਾਲੇ ਪਾਸੋਂ ਜਿੱਧਰੋਂ ਲਾਈਟ ਆ ਰਹੀ ਹੈ ਉਧਰਲੇ ਪਾਸੇ ਮੁੜ ਜੂਗਾ, ਠੀਕ ਹੈ? ਤਾਂ ਇਹ ਮੁੜਦੇ ਕਿਉਂ ਹੈ? ਕਿਉਂਕਿ ਔਗਜ਼ਿਨ ਇਹਨਾਂ ਨੂੰ ਸੂਰਜ ਦੇ ਪ੍ਰਕਾਸ਼ ਵੱਲ ਮੁੜਨ ਲਈ ਪ੍ਰੇਰਿਤ ਕਰਦਾ ਹੈ, ਠੀਕ ਹੈ? ਉਹ ਪ੍ਰੇਰਿਤ ਕਿਵੇਂ ਕਰਦਾ ਹੈ? ਮੈਂ ਆਪਣੀ ਵੀਡੀਓ ਔਨ ਕਰ ਰਿਹਾ, ਠੀਕ ਹੈ, ਵਿੱਚ ਕਿਸੇ ਬੱਚੇ ਨੇ ਹੁਣ ਆਪਣੀ ਵੀਡੀਓ ਔਨ ਨਹੀਂ ਕਰਨੀ। ਤਾਂ ਦੇਖੋ ਬੇਟੇ, ਜਿਸ ਤਰ੍ਹਾਂ ਮੰਨ ਲਓ ਆ ਮੇਰੀ ਫਿੰਗਰ ਹੈ, ਦਿਖਾਈ ਦੇ ਰਹੀ ਹੈ ਨਾ ਸਾਰਿਆਂ ਨੂੰ? ਠੀਕ ਹੈ, ਦੇਖੋ ਬੇਟੇ ਆ ਮੇਰੀ ਫਿੰਗਰ ਹੈ, ਠੀਕ ਹੈ।
मान लो सोर्स ऑफ सनलाइट इस पासे है, ठीक है, सोर्स ऑफ सनलाइट मेरे हाथ वाले पासे है, तो हुन की होगा, ऑक्सीजन टिप ते बनता है हमेशा, ऑक्सीजन कितने बनता है, पौधे दी टिप ते, ते सूरज की रोशनी दे उल्ट रहता है, यानी कि इस पासे रहूगा, ते एदा काम की हुंदा है, ये सेलां दा वाधा करता है, की करता है बच्चे, सेलां दा वाधा। हुण तुसीं वेखो भी इधरले पासे दा सेल ज्यादा वध गए ते इधरले पासे सेल घट वधे है, ते जे इधरले पासे सेल ज्यादा वधनगे ते साडा पौधा किहड़े पासे मुड़ जूगा, सूरज वाले पासे। दुबारा फिर मैं तुहानूं दस्सण दी कोशिश करदा हां, कोमलप्रीत बेटे प्लीज, तां जिहड़ा ऑक्सीजन है ओह टिप ते बनदा है ते सूरज भी रोशनी दे उल्ट रहिंदा है, मान लो इधर सूरज है साडा, ऑक्सीजन इधर जाएगा, जदों ऑक्सीजन इधर जाएगा, कोमलप्रीत प्लीज म्यूट योर माइक, तो इधर जिहड़े सेल है वो ज्यादा वधनगे, इधर घट वधनगे, तो पौधा अपने आप सूरज वाले पासे मुड़ जूगा। ठीक है बेटे, तां आ देखो खाई गई है, जदों सूरज उपर हुंदा है तो इत्थे ऑक्सीजन है जिहड़ा, स्क्रीन नजर आ रही है, ठीक है बेटे, तां आ सीधा है, हुण जिवें सूरज इधर आया तां ऑक्सीजन सूरज दे उल्ट पासे गया चला, आ देखो जिथे कर्सर मूव कर रहा है, इधर सेल ज्यादा लंबे हो गए ते इधर घट, ते प्लांट अपने आप केड़े वाले पासे मुड़ जांदा है, सूरज वाले पासे। इस प्रक्रिया नूं कहिंदे आ फोटोट्रोपिज्म जां प्रकाश अनुवर्तन। अच्छा भाई, हुण तुसीं एक पौधा वेखो, ये हमेशा ना सीधा वधदा हुंदा है, जिहड़ी सीधी जा रही है टाहणी वो ज्यादा वधदी है, जिहड़ियां साइडां तों है वो घट वधदी है, कोई भी प्लांट वेख लो, ठीक है, ते ये पासे वालियां टाहणियां नूं वधन तों रोकदा है, उहनां नूं वधन नहीं दिंदा, ते जिहड़ी सीधी टाहणी है इहनूं वधाउंदा है, इहनूं कहिंदे है एपीकल मेरिस्टेम, नोट कर लो, दिस इज कॉल्ड एज एपीकल मेरिस्टेम। ਤੇ ਇਹ ਤੋਂ ਤੁਸੀਂ ਵੇਖੋ ਵੀ ਸੈੱਲਾਂ ਦਾ ਵਾਧਾ ਕਰਦਾ ਹੈ, ਪੌਦੇ ਨੂੰ ਸੂਰਜੀ ਪ੍ਰਕਾਸ਼ ਵੱਲ ਮੋੜਦਾ ਹੈ, ਭਾਵ ਪ੍ਰਕਾਸ਼ ਅਨੁਵਰਤਨ ਕਰਦਾ ਹੈ, ਤੇ ਸਾਈਡਾਂ ਦੀਆਂ ਟਾਹਣੀਆਂ ਨੂੰ ਵਧਣ ਤੋਂ ਰੋਕਦਾ ਹੈ। ਇਹਦੇ ਤੁਸੀਂ ਆ ਤਿੰਨ ਫੰਕਸ਼ਨ ਹੈ ਬੇਟੇ ਜਿਹੜੇ ਨੋਟ ਕਰ ਲੈਣੇ ਆ। ਤਾਂ ਹੁਣ ਬਈ ਦੂਜਾ, ਹਾਂਜੀ ਬੇਟੇ, ਇੱਕ ਤੇ ਸੈੱਲਾਂ ਦਾ ਵਾਧਾ ਕਰਦਾ ਹੈ, ਇੱਕ ਇਹ ਪ੍ਰਕਾਸ਼ ਅਨੁਵਰਤਨ ਕਰਦਾ ਹੈ, ਤੇ ਇੱਕ ਇਹ ਪਾਸੇ ਵਾਲੀਆਂ ਟਾਹਣੀਆਂ ਦੇ ਵਾਧੇ ਨੂੰ ਰੋਕਦਾ ਹੈ ਜਾਂ ਘੱਟ ਕਰਦਾ ਹੈ। ਠੀਕ ਹੈ, ਤਾਂ ਚਲੋ ਹੁਣ ਆਪਾਂ ਅਗਲਾ ਹਾਰਮੋਨ ਦੇਖਦੇ ਹਾਂ, ਅਗਲਾ ਹਾਰਮੋਨ ਇਹਦਾ ਆਕਸੀਨ ਬੇਟੇ, ਆਕਸੀਨ ਪਹਿਲਾ ਹਾਰਮੋਨ ਕਿਹੜਾ ਹੈ, ਆਕਸੀਨ, AUXIN, ਠੀਕ ਹੈ, ਤਾਂ ਹੁਣ ਆਪਾਂ ਅਗਲਾ ਹਾਰਮੋਨ ਪੜ੍ਹਦੇ ਹਾਂ, ਦੈਟ ਇਜ਼ ਜਿਬਰਾਲਿਨ। ਇੱਕ ਵਾਰੀ ਨਾ ਜਪਾਨ ਦੇ ਵਿੱਚ ਕੀ ਹੋਇਆ ਬੇਟੇ, ਵੀ ਉੱਥੇ ਰਾਈਸ ਕ੍ਰੌਪ ਉੱਗੀ ਹੋਈ ਸੀ, ਤਾਂ ਉਹਨਾਂ ਨੇ ਵੇਖਿਆ ਵੀ ਉਹਦੇ ਉੱਪਰ ਨਾ ਕਾਲੇ ਕਾਲੇ ਧੱਬੇ ਪੈ ਗਏ ਪੱਤਿਆਂ ਤੇ, ਤਾਂ ਵੈਸੇ ਬੂਟੇ ਦੀ ਐਗਜ਼ਾਮਪਲ ਲਈ ਹੋਈ ਹੈ, ਤਾਂ ਉਹਨਾਂ ਨੇ ਵੇਖਿਆ ਵੀ ਜਿਹੜੇ ਆਪਣੇ ਝੋਨੇ ਦੇ ਬੂਟੇ ਹੈ, ਰਾਈਸ ਪਲਾਂਟ ਹੈ, ਜਿਹਦੀ ਹਾਈਟ ਅਪ ਟੂ 4 ਮੀਟਰ ਮੈਂ 4 ਫੀਟ ਮੈਕਸੀਮਮ ਹੁੰਦੀ ਹੈ, ਤੁਹਾਡੇ ਤੋਂ ਵੱਡਾ ਨਹੀਂ ਹੋ ਸਕਦਾ, ਤੇ ਉਹ ਤਾਂ ਬਹੁਤ ਲੰਬੇ ਲੰਬੇ ਹੋ ਗਏ, ਉਹਨਾਂ ਨੇ ਉਹਦਾ ਨਾਮ ਰੱਖਿਆ ਫੁਲਿਸ਼ ਸੀਡਲਿੰਗ। ਤੇ ਜਦੋਂ ਚੈੱਕ ਕੀਤਾ ਗਿਆ, ਜਿਹੜੇ ਕਾਲੇ ਧੱਬੇ ਸੀ ਉਹ ਇੱਕ ਖਾਸ ਕਿਸਮ ਦੀ ਫੁੱਲੀ ਸੀਗੀ, ਉਹਦਾ ਨਾਮ ਲਿਖ ਲਓ ਜਿਬਰੈਲਮ ਫਿਊਜ਼ੀ ਕੁਰਾਈ, ਕੀ ਨਾਮ ਸੀ ਉਹਦਾ, ਜਿਬਰੈਲਮ ਫਿਊਜ਼ੀ ਕੁਰਾਈ। ਤਾਂ
ਤਾਂ ਉਹਨਾਂ ਨੇ ਵੇਖਿਆ ਵੀ ਇਹ ਜਿਹੜੀ ਉੱਲੀ ਹੈ ਇੱਕ ਖਾਸ ਕਿਸਮ ਦਾ ਰਸਾਇਣ ਪੈਦਾ ਕਰਦੀ ਹੈ ਜਿਹੜੇ ਬੂਣੇ ਪੌਦਿਆਂ ਨੂੰ ਲੰਬੇ ਕਰ ਦਿੰਦੀ ਹੈ, ਇਨਕਰੀਜ਼ਿਸ ਦਾ ਹਾਈਟ ਆਫ ਪਲਾਂਟ, ਬਹੁਤ ਲੰਬੇ ਕਰ ਦਿੰਦੀ ਹੈ। ਤਾਂ ਉਹਨਾਂ ਨੇ ਵੇਖਿਆ ਵੀ ਇਹ ਹਾਰਮੋਨ ਪੌਦਿਆਂ ਵਿੱਚ ਕੁਦਰਤੀ ਰੂਪ ਵਿੱਚ ਵੀ ਬਣਦਾ ਹੈ, ਤਾਂ ਉਹਨਾਂ ਨੇ ਇਸ ਹਾਰਮੋਨ ਦਾ ਨਾਮ ਰੱਖਤਾ ਜਿਬਰਾਲਿਨ। ਕਈ ਇਹਨੂੰ ਗਿਬਰਾਲਿਨ ਪ੍ਰੋਨਾਉਂਸ ਕਰਦੇ ਹੈ, ਕਈ ਇਹਨੂੰ ਜਿਬਰਾਲਿਨ ਪ੍ਰੋਨਾਉਂਸ ਕਰਦੇ ਹੈ। ਤਾਂ ਬੇਟੇ ਵੇਖੋ ਇਹਦੇ ਕੰਮ ਕੀ ਹੈ। ਹੁਣ ਤੁਹਾਨੂੰ ਇੱਕ ਕੰਮ ਤਾਂ ਤੁਸੀਂ ਆਪ ਹੀ ਦੱਸ ਸਕਦੇ ਹੋ ਕੀ ਕੰਮ ਹੈ ਇਹਦਾ, ਵੀ ਇਹ ਪੌਦਿਆਂ ਨੂੰ ਲੰਬੇ, ਠੀਕ ਹੈ, ਲੰਬੇ ਰੁੱਖ ਬਣਾਉਂਦੇ, ਇਲੋਂਗੇਸ਼ਨ, ਗਰੋਥ ਇਨ ਫੋਰ ਇਲੋਂਗੇਸ਼ਨ। ਤਾਂ ਬੇਟੇ ਫਿਰ ਸਾਨੂੰ ਕਿਹੜੇ ਬੂਟੇ ਲੰਬੇ ਚਾਹੀਦੇ ਹੁੰਦੇ ਆ, ਦੱਸ ਸਕਦੇ ਹੋ ਕਿਹੜੇ ਬੂਟੇ ਸਾਨੂੰ ਚਾਹੀਦੇ ਪੂਰੇ ਲੰਬੇ ਹੋ ਜਾਣ, ਜਿਹੜੇ ਸਾਡੇ ਲਈ ਬੈਨੀਫੀਸ਼ੀਅਲ ਹੋਣ। ਕੋਈ ਦੋ ਬੂਟਿਆਂ ਦੇ ਨਾਮ ਦੱਸ ਦਿਓ, ਕੋਈ ਦੋ ਪੌਦੇ ਦੱਸ ਦਿਓ ਨਾ ਬੇਟੇ। ਫਰੂਟਸ ਵਾਲੇ ਕਿਉਂ ਆਪਾਂ ਲੰਬੇ ਕਰਾਂਗੇ, ਫਰੂਟਸ ਵਾਲੇ ਤਾਂ ਆਪਾਂ ਛੋਟੇ ਕਰਦੇ ਪਏ ਹਾਂ। ਮੇਰੇ ਘਰੇ ਇੱਕ, ਹੈਂਜੀ ਨਹੀਂ, ਇੱਕ ਬੱਚਾ ਬੋਲਿਆ ਸੀ ਬਾਂਸ, ਬੈਂਬੂ, ਬੈਂਬੂ ਆਪਾਂ ਨੂੰ ਲੰਬਾ ਚਾਹੀਦਾ ਹੁੰਦਾ ਨਾ। ਇੱਕ ਹੋਰ ਬੂਟਾ ਬੇਟੇ ਆਪਾਂ ਨੂੰ ਲੰਬਾ, ਹੈਂਜੀ ਇੱਕ ਹੁੰਦਾ ਪੁੱਤ ਆਪਣੇ ਗੰਨਾ, ਸ਼ੂਗਰ ਕੇਨ, ਇਹ ਵੀ ਆਪਾਂ ਨੂੰ ਲੰਬਾ ਚਾਹੀਦਾ। ਤਾਂ ਇਹਨਾਂ ਉੱਪਰ ਜਿਬਰਾਲਿਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜੇ ਆਪਾਂ ਨੂੰ ਲੰਬੇ ਬੂਟੇ ਚਾਹੀਦੇ ਹੈ। ਤਾਂ ਹੁਣ ਇਹਦੇ ਕੰਮ ਵੇਖੋ, ਪ੍ਰਿਵੈਂਸ਼ਨ ਆਫ ਜੈਨੇਟਿਕ ਡਿਮਾਰਫਿਜ਼ਮ, ਜਿਹੜੇ ਪੌਦੇ ਕੁਦਰਤੀ ਤੌਰ ਤੇ ਛੋਟੇ ਰਹਿੰਦੇ ਹੈ ਇਹ ਉਹਨਾਂ ਨੂੰ ਵੱਡੇ ਕਰ ਦਿੰਦਾ ਹੈ। ਕੀ ਕਰ ਦਿੰਦਾ? ਵੱਡੇ ਕਰ ਦਿੰਦਾ, ਜਿਹੜੇ ਕੁਦਰਤੀ ਤੌਰ ਤੇ ਛੋਟੇ ਹੈ, ਜਿਨ੍ਹਾਂ ਦੀ ਹਮੇਸ਼ਾ ਹੀ ਹਾਈਟ ਛੋਟੀ ਹੁੰਦੀ ਹੈ, ਜੇ ਆਪਾਂ ਜਿਬਰਾਲਿਨ ਉਹਨਾਂ ਨੂੰ ਦੇ ਦਈਏ ਤਾਂ ਲੰਬੇ ਹੋ ਜਾਣਗੇ। ਇੱਕ ਹੈਗਾ ਬੋਲਟਿੰਗ ਐਂਡ ਫਲਾਵਰਿੰਗ, ਫਲਾਵਰਿੰਗ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਫੁੱਲਾਂ ਦੇ ਖਿੜਨ ਵਿੱਚ ਮਦਦ ਕਰਦਾ ਹੈ ਇਹ, ਪਰ ਬੋਲਟਿੰਗ ਕੀ ਹੈ? ਬੋਲਟਿੰਗ ਪਤਾ ਹੈ? ਚਲੋ ਮੈਂ ਦੱਸਦਾ ਬੋਲਟਿੰਗ ਕੀ ਹੈ। ਬੰਦ ਗੋਭੀ ਵੇਖੀ ਹੈ? ਤਾਂ ਬੰਦ ਗੋਭੀ ਦੇ ਜੇ ਜਿਬਰਾਲਿਨ ਸਪਰੇਅ ਕਰਕੇ ਉਹਦੇ ਸਾਰੇ ਪੱਤੇ ਖੁੱਲ ਜਾਣਗੇ, ਦੈਟ ਇਜ਼ ਬੋਲਟਿੰਗ। ਜਰਮੀਨੇਸ਼ਨ ਇਹ ਕੀ ਕਰਦਾ ਹੈ? ਬੀਜਾਂ ਦੇ ਪੁੰਗਰਨ ਦੇ ਵਿੱਚ ਮਦਦ ਕਰਦਾ ਹੈ। ਫਰੂਟ ਸੈਟਿੰਗ, ਜਿਹੜਾ ਫਲ ਹੈ ਉਹ ਲੰਬੇ ਸਮੇਂ ਤੱਕ ਰਵੇ ਪੌਦੇ ਤੇ, ਉਹ ਵੀ ਇਹਦਾ ਕੰਮ ਹੈ, ਠੀਕ ਹੈ। ਬ੍ਰੇਕਿੰਗ ਆਫ ਡੋਰਮੈਂਸੀ, ਬ੍ਰੇਕਿੰਗ ਆਫ ਡੋਰਮੈਂਸੀ ਕੀ ਹੈ? ਵੀ ਹੁਣ ਮੰਨ ਲਓ ਵੀ ਤੁਹਾਡੇ 'ਚ ਕੋਈ ਜਣਾ ਕਹਿੰਦਾ ਜੀ ਮੈਂ ਤਾਂ ਨਾ ਨਰਮਾ ਬੀਜਣ ਚੱਲਿਆ ਹੈ, ਠੀਕ ਹੈ, ਕੀ ਉਹ ਜਰਮੀਨੇਟ ਕਰਨਗੇ ਸੀਡ? ਪਿੰਡਾਂ ਵਾਲੇ ਬੱਚਿਆਂ ਨੂੰ ਪਤਾ ਹੋਣਾ ਵੀ ਜਿਹੜੀ ਕਾਟਨ ਕ੍ਰੋਪ ਹੈ ਉਹ ਸਮਰ ਸੀਜ਼ਨ ਦੀ ਹੈ, ਗਰਮੀਆਂ ਦੀ ਹੁੰਦੀ ਹੈ, ਪਰ ਸਰਦੀਆਂ 'ਚ ਨਹੀਂ ਜਰਮੀਨੇਟ ਕਰਦੇ। ਪਰ ਜੇ ਆਪਾਂ ਉਹਨੂੰ ਜਿਬਰਾਲਿਨ ਦਾ ਟ੍ਰੀਟਮੈਂਟ ਦੇ ਦਈਏ ਸੀਡਸ ਨੂੰ, ਤਾਂ ਬੀਜ ਪੁੰਗਰ ਪੈਣਗੇ। ਐਸੇ ਦੇ ਆਪਾਂ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਐਡਵਾਂਸ ਲਗਾ ਸਕਦੇ ਹਾਂ। ਜਿਵੇਂ ਕੀ ਹੁੰਦਾ ਹੈ ਵੀ ਹੁਣ ਤੋਰੀ, ਕੱਦੂ ਵਗੈਰਾ ਜਿਹੜੇ ਹੈਗੇ ਆ ਕੁੱਕਰਬਿਟੇਸੀ ਫੈਮਿਲੀ ਦੇ, ਇਹਨਾਂ ਨੂੰ ਆਪਾਂ ਜਨਵਰੀ ਫਰਵਰੀ 'ਚ ਬੀਜ ਦਿੰਦੇ ਹਾਂ। ਜੇ ਉਹ ਕੁਦਰਤੀ ਬੀਜ ਹੋਣ ਤਾਂ ਮਾਰਚ ਦੇ ਵਿੱਚ ਜਾ ਕੇ ਪੁੰਗਰਨਗੇ, ਪਰ ਜਨਵਰੀ ਜਾਂ ਫਰਵਰੀ 'ਚੋਂ ਕਿਉਂ ਪੁੰਗਰ ਪੈਂਦੇ ਹੈ? ਕਿਉਂਕਿ ਆਪਾਂ ਨੂੰ ਕਿਹਦਾ ਟ੍ਰੀਟਮੈਂਟ ਦੇ ਦਿੰਦੇ ਹਾਂ? ਜਿਬਰਾਲਿਨ ਦਾ, ਕਿ ਉਹਨਾਂ ਨੂੰ ਪੁੰਗਰ ਦੇ ਵਿੱਚ ਮਦਦ। ਤੇ ਫਲਾਵਰਿੰਗ ਇਨ ਲੌਂਗ ਡੇ ਪਲਾਂਟ, ਫਲਾਵਰਿੰਗ ਇਨ ਲੌਂਗ ਡੇ ਪਲਾਂਟ ਦਾ ਮਤਲਬ ਕੀ ਹੋਇਆ ਬਈ? ਬਹੁਤ ਤੁਹਾਨੂੰ ਮੈਂ ਦੱਸਿਆ ਸੀ ਵੀ ਕੁਝ ਪੌਦੇ ਗਰਮੀਆਂ 'ਚ ਹੁੰਦੇ ਆ ਜਦੋਂ ਦਿਨ ਦੀ ਲੰਬਾਈ ਲੰਬੀ ਹੋਵੇ, ਤਾਂ ਉਹਨਾਂ ਦੇ ਵਿੱਚ ਫਲਾਵਰਿੰਗ ਲਿਆਉਣ ਲਈ ਆਪਾਂ ਕਿਹੜਾ ਹਾਰਮੋਨ ਯੂਜ਼ ਕਰਦੇ ਹਾਂ? ਦੈਟ ਇਜ਼ ਜਿਬਰਾਲਿਨ, ਠੀਕ ਹੈ ਬੇਟੇ। ਹਾਂਜੀ ਤਾਂ ਚਲੋ ਹੁਣ ਜਿਬਰਾਲਿਨ ਦੇ ਫੰਕਸ਼ਨ ਹੋ ਗਏ। ਹਾਰਮੋਨ ਆਪਾਂ ਪੜ੍ਹਨਾ ਹੈ ਸਾਈਟੋਕਾਈਨਿਨ, ਠੀਕ ਹੈ।
ਬੇਟੇ ਪਲੀਜ਼ ਮਾਈਕ ਮਿਊਟ ਰੱਖੋ, ਬਹੁਤ ਸਾਰੇ ਬੱਚੇ ਡਿਸਟਰਬੈਂਸ ਕ੍ਰੀਏਟ ਕਰਦੇ ਹੈ। ਤਾਂ ਸਾਈਟੋਕਾਈਨਿਨ, ਤਾਂ ਹੁਣ ਬੱਚੇ ਇੱਕ ਚੀਜ਼ ਤੁਹਾਨੂੰ ਮੈਂ ਦੱਸਾਂ, ਆਕਸੀਜਨ ਦੇ ਆਪਾਂ ਕੰਮ ਪੜ੍ਹੇ। ਕੋਮਲਪ੍ਰੀਤ ਬੇਟੇ ਤੁਸੀਂ ਸਕਰੀਨ ਨਾਲ ਪੰਗੇ ਨਾ ਲਓ। ਤਾਂ ਆਪਾਂ ਆਕਸੀਜਨ ਦੇ ਕੰਮ ਪੜ੍ਹੇ ਸੀ ਬੇਟੇ, ਆਕਸੀਜਨ ਦੇ ਕੀ ਕੰਮ ਸੀਗੇ? ਆਪਾਂ ਕਿਹਾ ਵੀ ਜਿਹੜਾ ਆਕਸੀਜਨ ਹੈ ਉਹ ਸੂਰਜ ਵੱਲ ਮੋੜਦਾ ਹੈ, ਸੈੱਲਾਂ ਦੀ ਜਿਹੜੀ ਵਿਭਾਜਨ ਕਰਾਉਂਦਾ ਹੈ, ਸੈੱਲਾਂ ਨੂੰ ਵੱਡੇ ਕਰਦਾ ਹੈ। ਪਰ ਜਿਹੜਾ ਸਾਈਟੋਕਾਈਨਿਨ ਹੈ ਨਾ, ਉਹ ਵੀ ਉਹੀ ਕੰਮ ਕਰਦਾ ਹੈ ਆਕਸੀਜਨ ਵਾਲੇ ਨੂੰ। ਪਰ ਜਦੋਂ ਆਕਸੀਜਨ ਦੇ ਨਾਲ ਹੁੰਦਾ ਹੈ ਇਹ, ਤਾਂ ਉਹ ਕੰਮਾਂ ਦੀ ਸਪੀਡ ਵੱਧ ਜਾਂਦੀ ਹੈ। ਜਿਵੇਂ ਇੱਥੇ ਇੰਗਲਿਸ਼ 'ਚ ਲਿਖਿਆ ਹੋਇਆ, ਤੁਹਾਨੂੰ ਮੈਂ ਪੰਜਾਬੀ 'ਚ ਜਾਂ ਸਿੰਪਲ ਲੈਂਗੁਏਜ 'ਚ ਦੱਸਾਂਗਾ, ਸਾਈਟੋਕਾਈਨਿਨ ਸਟਿਮੂਲੇਟ ਦਾ ਪ੍ਰੋਸੈਸ ਆਫ ਮਾਈਟੋਸਿਸ। ਤੁਸੀਂ ਇਹ ਐ ਨਹੀਂ ਨੋਟ ਕਰਨਾ, ਸਾਈਟੋਕਾਈਨਿਨ ਸਟਿਮੂਲੇਟ ਦਾ ਸੈੱਲ ਡਿਵੀਜ਼ਨ ਲਿਖ ਲਓ। ਸਾਈਟੋਕਾਈਨਿਨ ਸੈੱਲਾਂ ਦੀ ਗਿਣਤੀ ਦੇ ਵਿੱਚ ਵਾਧਾ ਕਰਦਾ ਹੈ, ਸਾਈਟੋਕਾਈਨਿਨ ਸੈੱਲਾਂ ਦੇ ਵਿਭਾਜਨ ਕਰਦਾ ਹੈ। ਠੀਕ ਹੈ, ਠੀਕ ਹੈ, ਸੈੱਲ ਗਰੋਥ ਸੈੱਲਾਂ ਦਾ ਵਾਧਾ ਕਰਦਾ ਹੈ। ਇੱਕ ਇੱਥੇ ਵਰਡ ਲਿਖਿਆ ਹੋਇਆ ਡਿਫਰੈਂਸੀਏਸ਼ਨ, ਇਹ ਤੁਸੀਂ 9th 'ਚ ਪੜ੍ਹ ਕੇ ਆਏ ਹੋ। ਡਿਫਰੈਂਸੀਏਸ਼ਨ ਦਾ ਇੰਗਲਿਸ਼ 'ਚ ਮੀਨਿੰਗ ਹੁੰਦਾ ਹੈ ਸਾਈਨਿੰਗ ਅ ਪਰਟੀਕੂਲਰ ਵਰਕ। ਤਾਂ ਪੰਜਾਬੀ ਦੇ ਵਿੱਚ ਮੈਂ ਦੱਸਦਾ ਕਿ ਜਿਹੜਾ ਸਾਈਟੋਕਾਈਨਿਨ ਹੈ ਵਿਭਾਜਿਤ ਹੋਏ ਸੈੱਲਾਂ ਨੂੰ ਇੱਕ ਖਾਸ ਕੰਮ ਦੇ ਦਿੰਦਾ ਹੈ। ਜਿਵੇਂ ਇੱਕ ਸੈੱਲ ਨੂੰ ਕਹਿਤਾ ਵੀ ਤੂੰ ਪੱਤਾ ਬਣਾਉਣਾ ਹੈ, ਇੱਕ ਸੈੱਲ ਨੂੰ ਕਹਿਤਾ ਤੂੰ ਟਾਹਣੀ ਬਣਾਉਣੀ ਹੈ, ਇੱਕ ਸੈੱਲ ਨੂੰ ਕਹਿਤਾ ਤੂੰ ਫੁੱਲ ਬਣਾਉਣਾ ਹੈ। ਤਾਂ ਉਹ ਕੀ ਹੁੰਦਾ ਹੈ? ਡਿਫਰੈਂਸੀਏਸ਼ਨ ਸਾਈਨਿੰਗ ਏ ਪਰਟੀਕੂਲਰ ਫੰਕਸ਼ਨ, ਉਹਨੂੰ ਕੀ ਕਹਿੰਦੇ ਹੈ? ਡਿਫਰੈਂਸੀਏਸ਼ਨ। ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਿਆ ਸੀ ਵੀ ਆਕਸੀਜਨ ਪੌਦੇ ਨੂੰ ਸਿੱਧਾ ਵਧਾਉਂਦਾ ਹੈ, ਇੰਗਲਿਸ਼ 'ਚ ਆਪਾਂ ਇਹਨੂੰ ਕਹਿੰਦੇ ਹਾਂ ਐਪੀਕਲ ਡੋਮੀਨੈਂਸ। ਠੀਕ ਹੈ, ਇਹ ਵੀ ਐਪੀਕਲ ਡੋਮੀਨੈਂਸ ਕਰਦਾ ਹੈ, ਪੌਦੇ ਨੂੰ ਸਿੱਧਾ ਵਧਾਉਂਦਾ ਹੈ, ਸਾਈਡਾਂ ਵਾਲੀਆਂ ਟਾਹਣੀਆਂ ਨੂੰ ਵਧਣ ਤੋਂ ਰੋਕਦਾ ਹੈ। ਉਦੋਂ ਬਾਅਦ ਕਿਹਾ ਸੀ ਆਪਾਂ ਬਡ ਗਰੋਥ, ਸਾਈਡਾਂ ਤੇ ਜਿਹੜੀ ਜਿਹੜੀ ਸਿਰੇ ਤੇ ਸਾਈਡਾਂ ਤੇ ਬਰਡਸ ਹੁੰਦੀਆਂ ਹੈ, ਠੀਕ ਹੈ, ਕਰੁੰਬਲਾਂ, ਉਹਨਾਂ ਨੂੰ ਵਧਾਉਂਦਾ ਹੈ। ਤੇ ਇਹ ਜਿਹੜੇ ਸਾਈਟੋਕਾਈਨਿਨ ਦੇ ਕੰਮ ਹੈਗੇ ਹੈ। ਠੀਕ ਹੈ ਬੇਟੇ, ਤਾਂ ਚਲੋ ਹੁਣ ਆਪਣਾ ਚੌਥਾ ਹਾਰਮੋਨ, ਚੌਥਾ ਹਾਰਮੋਨ ਹੈ ਇਥਲੀਨ। ਹੁਣ ਨਾ ਇੱਕ ਆਪਾਂ ਤੁਸੀਂ ਹਮੇਸ਼ਾ ਗੱਲ ਸੁਣੀ ਹੋਣੀ ਹੈ, ਕਹਿੰਦੇ ਜੀ ਕੇਲੇ ਟਮਾਟਰ ਇਹ ਜਿਹੜੇ ਹੈਗੇ ਹੈ ਹਾਂਜੀ ਬੇਟੇ, ਮੈਂ ਮਿਊਟ ਕਰਤਾ ਸਾਰਿਆਂ ਨੂੰ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਜੀ ਆਹ ਕੇਲੇ ਤਾਂ ਨਾ ਮਸਾਲੇ ਨਾਲ ਪਕਾਏ ਹੋਏ ਹੈ। ਸਾਰਿਆਂ ਨੇ ਸੁਣਿਆ ਹੋਣਾ ਵੀ ਕੇਲੇ ਮਸਾਲੇ ਨਾਲ ਪੱਕਦੇ ਆ ਜੀ, ਸਾਡੀ ਸਿਹਤ ਨੂੰ ਖਰਾਬ ਕਰਦੇ ਆ। ਕਈ ਕਹਿ ਦਿੰਦੇ ਆ ਜੀ ਅੰਬ ਮਸਾਲੇ ਨਾਲ ਪੱਕਦੇ ਆ, ਟਮਾਟਰ ਜਾਂ ਕਈ ਹੋਰ ਫਰੂਟ ਹੈ ਜਿਹੜੇ ਉਹ ਮਸਾਲੇ ਨਾਲ ਪੱਕਦੇ ਆ। ਤਾਂ ਉਹਨੇ ਦਿਮਾਗ ਬੇਟੇ, ਤੁਸੀਂ ਐਡੇ ਸਿਆਣੇ ਬੱਚੇ ਹੋ ਤੇ ਫਿਰ ਤੁਸੀਂ ਇਦਾਂ ਦੇ ਕੰਮ ਕਿਉਂ ਕਰਦੇ ਹੋ? ਆਪਦਾ ਮਾਈਕ ਕਿਉਂ ਨਹੀਂ ਮਿਊਟ ਰੱਖਦੇ? ਮੈਂ ਵਾਰ ਵਾਰ ਤੁਹਾਨੂੰ ਮਿਊਟ ਕਰਦਾ, ਮੈਂ ਤੁਹਾਨੂੰ ਵਾਰ ਵਾਰ ਮਿਊਟ ਕਰਦਾ ਬੇਟੇ, ਚੰਗਾ ਨਹੀਂ ਲੱਗਦਾ। ਤੇ ਆਪਣਾ ਓਨਾ ਹੀ ਕੰਮ ਹੈ ਜਿਹੜਾ ਉਹ ਸਲੋ ਹੁੰਦਾ ਹੈ। ਤਾਂ ਉਹ ਕਹਿ ਦਿੰਦੀ ਹੈ ਜੀ ਮਸਾਲੇ ਨਾਲ ਪਕਾਏ ਜਾਂਦੇ ਆ, ਪਰ ਬੱਚੇ ਜਿਹੜਾ ਉਸ ਮਸਾਲਾ ਹੁੰਦਾ ਹੈ ਉਹ ਹੁੰਦਾ ਹੈ ਕੈਲਸ਼ੀਅਮ ਕਾਰਬਾਈਡ, ਜੋ ਪਾਣੀ ਨਾਲ ਕਿਰਿਆ ਕਰਕੇ ਇੱਕ ਗੈਸ ਕੱਢਦਾ ਹੈ, ਦੈਟ ਇਜ਼ ਇਥਲੀਨ। ਇਹ ਇਥਲੀਨ ਪੌਦਿਆਂ ਦੇ ਵਿੱਚ ਵੀ ਪੈਦਾ ਹੁੰਦਾ ਹੈ, ਇਹ ਪੌਦਾ ਹਾਰਮੋਨ ਹੈ, ਤੇ ਬਨੋਟੀ ਤੌਰ ਤੇ ਵੀ ਅਸੀਂ ਪੌਦਿਆਂ ਨੂੰ ਦੇ ਸਕਦੇ ਹਾਂ। ਜਿਵੇਂ ਆਹ ਤੁਸੀਂ ਵੇਖਦੇ ਪਏ ਹੋ ਇੱਕ ਬਨਾਨਾ ਹੈ, ਗ੍ਰੀਨ ਹੈ, ਜੇ ਇਹਨੂੰ ਆਪਾਂ ਇਥਲੀਨ ਹਾਰਮੋਨ ਦੇ ਦਈਏ ਤਾਂ ਇਹ ਯੈਲੋ ਹੋ ਜਾਊਗਾ, ਤੇ ਜੇ ਬਹੁਤ ਜ਼ਿਆਦਾ ਦੇ ਦਈਏ ਤਾਂ ਇਹ ਗਲ ਜਾਊਗਾ, ਖਰਾਬ ਹੋ ਜਾਊਗਾ। ਹੁਣ ਆ ਟਮਾਟਰ ਹੈ ਤੁਹਾਡੇ ਸਾਹਮਣੇ, ਇਹਦੇ ਵਿੱਚੋਂ
ਕੁਛ ਪੌਦਿਆਂ ਨੂੰ ਇਥਲੀਨ ਟ੍ਰੀਟਮੈਂਟ, ਕੁਛ ਟਮਾਟਰਾਂ ਨੂੰ ਦੇ ਦਿੱਤਾ ਉਹ ਰੈੱਡ ਹੋ ਗਏ, ਜਿਹਨੂੰ ਨਹੀਂ ਦਿੱਤਾ ਉਹ ਹਾਲੇ ਗ੍ਰੀਨ ਹੈ। ਤੇ ਫਿਰ ਇਹਦਾ ਕੰਮ ਕੀ ਹੋਇਆ, ਇਹ ਫਲਾਂ ਦੇ ਪੱਕਣ ਵਿੱਚ ਮਦਦ ਕਰਦਾ ਹੈ, ਪ੍ਰਮੋਟ ਦਾ ਰਾਈਪਨਿੰਗ ਆਫ ਫਰੂਟ। ਹੁਣ ਫਲਾਂ ਦੇ ਪੱਕਣ 'ਚ ਕਿਵੇਂ ਮਦਦ ਕਰਦਾ ਹੈ, ਫਲ ਉਦੋਂ ਤੱਕ ਨਹੀਂ ਪੱਕਦਾ ਜਦੋਂ ਤੱਕ ਉਹਦੇ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਤੇਜ਼ ਹੋ ਰਹੀ ਹੈ ਤੇ ਉਹਦੀ ਸਾਹ ਕਿਰਿਆ ਘੱਟ ਹੁੰਦੀ ਪਈ ਹੈ। ਤੇ ਜੇ ਆਪਾਂ ਇਥਲੀਨ ਦੇ ਦਈਏ ਤਾਂ ਇਹ ਪੌਦਿਆਂ ਦੇ ਵਿੱਚ ਸਾਹ ਕਿਰਿਆ ਦੀ ਦਰ ਨੂੰ ਵਧਾ ਦਿੰਦਾ ਹੈ ਤੇ ਜਿਹਦੇ ਕਰਕੇ ਉਹ ਛੇਤੀ ਪੱਕ ਜਾਂਦੇ ਆ। ਠੀਕ ਹੈ, ਕੇਲਿਆਂ ਨੂੰ ਰਾਤ ਨੂੰ ਮਸਾਲਾ ਲਗਾਉਂਦੇ ਆ ਤੇ ਸਵੇਰ ਉਹ ਪੱਕੇ ਪਏ ਹੁੰਦੇ ਆ, ਕਿਉਂਕਿ ਇਥਲੀਨ ਬਹੁਤ ਜ਼ਿਆਦਾ ਹੋਣ ਕਰਕੇ ਉਹਨਾਂ 'ਚ ਸਾਹ ਕਿਰਿਆ ਵੱਧ ਗਈ ਤੇ ਕੇਲੇ ਕੀ ਹੋ ਗਏ, ਪੱਕ ਗਏ। ਤਾਂ ਉਸ ਤੋਂ ਬਾਅਦ ਵੀ ਕੀ ਕਰਦਾ ਬਈ ਇਹ, ਜਿਹੜੇ ਮਤਲਬ ਕਿ ਬਹੁਤ ਸਾਰੇ ਪੌਦਿਆਂ ਦੇ ਵਿੱਚ ਸੈੱਲ ਵਾਲ, ਸੈੱਲ ਕੰਧ ਦੀ ਬ੍ਰੇਕ ਡਾਊਨ ਕਰਦਾ ਹੈ। ਠੀਕ ਹੈ, ਜਿਹਦੇ ਨਾਲ ਉਹ ਗਲਣੇ ਸ਼ੁਰੂ ਹੋ ਜਾਂਦੇ ਹੈ। ਸੋ ਬੱਚੇ, ਇਹ ਸੀ ਸਾਡੇ ਇਥਲੀਨ। ਇਹ ਕੁਛ ਪੌਦਿਆਂ ਦੇ ਵਿੱਚ ਵਾਧੇ ਨੂੰ ਵੀ ਰੋਕਦਾ ਹੈ, ਇਹ ਪੌਦਿਆਂ ਦੇ ਵਿੱਚ ਵਾਧੇ ਨੂੰ ਵੀ ਕੀ ਕਰਦਾ ਹੈ, ਰੋਕ ਦਿੰਦਾ ਹੈ। ਠੀਕ ਹੈ, ਇਸ ਤੋਂ ਬਾਅਦ ਲਾਸਟ ਹਾਰਮੋਨ, ਲਾਸਟ ਹਾਰਮੋਨ ਜਿਹੜਾ ਹੈਗਾ ਬਈ, ਆਹ ਵੇਖੋ, ਤੁਹਾਨੂੰ ਇੱਕ ਫੋਟੋ ਹੋਰ ਵਿਖਾ ਰਹੇ ਹਾਂ, ਆ ਟਮਾਟਰ ਪੱਕੇ ਹੋਏ ਹੈ, ਆ ਕੇਲਾ ਪੱਕ ਰਿਹਾ ਹੈ। ਠੀਕ ਹੈ, ਤਾਂ ਇਹ ਕੀ ਹੈ, ਇਥਲੀਨ ਫਰੂਟ ਰਾਈਪਨਿੰਗ ਕਰਦਾ ਹੈ। ਲਾਸਟ ਹਾਰਮੋਨ ਹੈਗਾ ਆਪਣਾ ਪੌਦਾ ਹਾਰਮੋਨ, ਦੈਟ ਇਜ਼ ਐਬਸਿਸਿਕ ਐਸਿਡ। ਇਹਨੂੰ ਕੀ ਕਹਿੰਦੇ ਹੈ, ਡੋਰਮਿਨ ਵੀ ਕਿਹਾ ਜਾਂਦਾ ਹੈ, ਸਟ੍ਰੈਸ ਹਾਰਮੋਨ ਵੀ ਕਿਹਾ ਜਾਂਦਾ ਹੈ ਇਹਨੂੰ। ਠੀਕ ਹੈ, ਤਾਂ ਇਹਦੇ ਬਾਰੇ ਆਪਾਂ ਬਹੁਤ ਸਾਰੀ ਗੱਲ ਕਰਨੀ ਹੈ, ਡਿਟੇਲ ਦੇ ਵਿੱਚ ਗੱਲ ਕਰਨੀ ਹੈ। ਹੁਣ ਦੇਖੋ ਬਈ, ਪੌਦੇ ਬਹੁਤ ਘੱਟ ਤਾਪਮਾਨ ਨਹੀਂ ਸਹਾਰ ਸਕਦੇ ਆਪਣੇ ਏਰੀਏ ਦੇ ਵਿੱਚ ਜਿਹੜੇ ਹੈ, ਤਾਂ ਆਪਣੇ ਜਦੋਂ ਠੰਡ ਪੈਣੀ ਸ਼ੁਰੂ ਹੁੰਦੀ ਹੈ ਤਾਂ ਉਹਨਾਂ ਦੇ ਸਾਰੇ ਜਿਹੜੇ ਕੋਮਲ ਪਾਰਟਸ ਹੈ, ਜਿਹੜੇ ਉਹਨਾਂ ਦੇ ਨਾਜੁਕ ਅੰਗ ਹੈ, ਉਹ ਥੱਲੇ ਡਿੱਗ ਪੈਂਦੇ ਹੈ। ਥੱਲੇ ਕਿਹੜੇ ਨਾਜੁਕ ਅੰਗ ਹੁੰਦੇ ਹੈ, ਫੁੱਲ ਹੈ, ਪੱਤੇ ਹੈ, ਫਲ ਹੈ, ਜਿਹੜੇ ਤਾਪਮਾਨ ਨੂੰ ਨਹੀਂ ਸਹਾਰ ਸਕਦੇ, ਤਾਂ ਥੱਲੇ ਡਿੱਗ ਪੈਂਦੇ ਹੈ। ਉਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਜੀ ਪਤਝੜ ਆ ਗਈ। ਤਾਂ ਪਤਝੜ ਲਿਆਉਣ ਵਾਲਾ ਕੌਣ ਹੈ, ਦੈਟ ਇਜ਼ ਐਬਸਿਸਿਕ ਐਸਿਡ, ਅਬਾ, ABA। ਠੀਕ ਹੈ, ਐਸੇ ਕਰਕੇ ਇਹਨੂੰ ਸਟ੍ਰੈਸ ਹਾਰਮੋਨ ਕਿਹਾ ਜਾਂਦਾ ਹੈ, ਕਿਉਂਕਿ ਅਸੁਖਾਵੀਆਂ ਹਾਲਤਾਂ, ਜਦੋਂ ਹਾਲਤਾਂ ਇਹਨਾਂ ਲਈ ਫੇਵਰੇਬਲ ਨਹੀਂ ਹੁੰਦੀਆਂ, ਅਨੁਕੂਲਿਤ ਨਹੀਂ ਹੁੰਦੀਆਂ, ਉਦੋਂ ਇਹ ਸਾਡੇ ਪੌਦਿਆਂ ਦੇ ਨਾਜੁਕ ਅੰਗਾਂ ਨੂੰ ਥੱਲੇ ਡੇਗ ਦਿੰਦਾ ਹੈ, ਜਾਂ ਫਿਰ ਬੀਜਾਂ ਨੂੰ ਪੁੰਗਰਨ ਨਹੀਂ ਦਿੰਦਾ। ਆਪਾਂ ਪਿੱਛੇ ਗੱਲ ਕੀਤੀ ਸੀ, ਜਿਬਰਾਲੀਨ ਬੀਜਾਂ ਨੂੰ ਪੁੰਗਰਨ ਲਈ ਧੱਕਾ ਕਰਦਾ ਹੈ, ਵੀ ਜਿਹੜੇ ਨਹੀਂ ਪੁੰਗਰਨਾ ਹੁੰਦਾ ਉਹਨਾਂ ਨੂੰ ਕਹਿੰਦੇ ਪੁੰਗਰੋ। ਪਰ ਜਿਹੜੇ ਬੀਜ ਜਦੋਂ ਅਸੁਖਾਵੀਆਂ ਹਾਲਤਾਂ ਹੁੰਦੀਆਂ, ਜਿਵੇਂ ਹੁਣ ਮੈਂ ਕਹਿ ਦਿਆਂ ਵੀ ਮੈਂ ਗਰਮੀਆਂ ਵਾਲੇ ਬੀਜ ਜਾ ਕੇ ਬੀਜ ਆਊਂਗਾ ਤਾਂ ਉਹ ਨਹੀਂ ਪੁੰਗਰਨੇ, ਤਾਂ ਉਹ ਕੌਣ ਨਹੀਂ ਪੁੰਗਰਨ ਦਿੰਦਾ, ਉਹਨਾਂ ਦੇ ਵਿੱਚ ਕਿਹੜਾ ਹਾਰਮੋਨ ਹੈ, ਐਬਸਿਸਿਕ ਐਸਿਡ। ਜਦੋਂ ਤੱਕ ਇਹ ਉਹਨਾਂ ਦੇ ਵਿੱਚੋਂ ਹਾਰਮੋਨ ਖਤਮ ਨਹੀਂ ਹੁੰਦਾ, ਉਦੋਂ ਤੱਕ ਉਹ ਬੀਜ ਪੁੰਗਰਦੇ ਨਹੀਂ, ਦੈਟ ਮੀਨ ਉਹ ਆਪਦੇ ਮੌਸਮ ਦੇ ਵਿੱਚ ਜਾ ਕੇ ਹੀ ਪੁੰਗਰਨਗੇ। ਤਾਂ ਪਹਿਲਾ ਕੰਮ ਹੈ ਵੀ ਇਹ ਬੀਜਾਂ ਨੂੰ ਤੇ ਭਰੂਣ ਨੂੰ ਪੁੰਗਰਨ ਤੋਂ ਰੋਕਦਾ ਹੈ, ਅਨਿਪਟਦਾ ਜਰਮੀਨੇਸ਼ਨ, ਡਿਲੇਡ ਫਲਾਵਰਿੰਗ, ਫੁੱਲ ਵੀ ਲੇਟ ਆਉਂਦੇ ਆ ਇਹਦੇ ਕਰਕੇ। ਠੀਕ ਹੈ, ਐਸੇ ਕਰਕੇ ਇਹਨੂੰ ਸਟ੍ਰੈਸ ਹਾਰਮੋਨ ਕਹਿੰਦੇ ਹੈ। ਉਸ ਤੋਂ ਬਾਅਦ ਕੀ ਹੈ ਬਈ, ਵੀ ਇਹ ਜਿਹੜਾ ਹਾਰਮੋਨ ਹੈ, ਇਹ ਪੌਦਿਆਂ ਦੇ ਵਿੱਚ ਭੋਜਨ ਜਮ੍ਹਾਂ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕਰਦਾ ਹੈ, ਕਿਉਂਕਿ ਅਗਲੇ ਸੀਜ਼ਨ ਦੇ ਵਿੱਚ ਜਦੋਂ ਪੱਤੇ ਝੜ ਗਏ, ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਤਾਂ ਹੋਣੀ ਨਹੀਂ, ਦੇਰ ਵਿਲ ਬੀ ਨੋ ਫੋਟੋਸਿੰਥੇਸਿਸ। ਜਦੋਂ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਨਹੀਂ ਹੋਣੀ ਤਾਂ ਉਹਨਾਂ ਦੇ ਵਿੱਚ ਭੋਜਨ ਨਹੀਂ ਬਣਨਾ। ਤਾਂ ਪੌਦੇ ਅਸੁਖਾਵੀਆਂ, ਅਨਫੇਵਰੇਬਲ ਕੰਡੀਸ਼ਨਸ ਆਉਣ ਤੋਂ ਪਹਿਲਾਂ ਹੀ ਆਪਦੇ ਸਰੀਰ ਅੰਦਰ ਭੋਜਨ ਨੂੰ ਜਮ੍ਹਾਂ ਕਰ ਲੈਂਦੇ ਹੈ, ਤੇ ਇਹ ਕੰਮ ਕਿਹਦਾ ਹੈ ਬੇਟੇ, ਇਹ ਹੈਗਾ ਐਬਸਿਸਿਕ ਐਸਿਡ ਦਾ। ਠੀਕ ਹੈ, ਸੋ ਇਹਦੇ ਨਾਲ ਆਪਣੇ ਪਲਾਂਟ ਹਾਰਮੋਨ ਵੀ ਜਿਹੜੇ ਹੈ ਉਹ ਕੰਪਲੀਟ ਹੋ ਗਏ। ਤਾਂ ਮੈਂ ਇਹ ਸਾਰੇ ਦੇ ਸਾਰੀਆਂ ਪਿਕਸ ਵੀ ਤੁਹਾਨੂੰ ਹੁਣੇ ਥੋੜੀ ਦੇ, ਯੈਸ ਬੇਟੇ।
ਬੇਟਾ ਮੈਂ ਦੱਸਦਾ ਹੈ ਵੀ ਜਿਹੜੇ ਪੱਤੇ ਐ ਇਹ ਘੱਟ ਤਾਪਮਾਨ ਨਹੀਂ ਸਹਾਰ ਸਕਦੇ, ਜਦੋਂ ਘੱਟ ਤਾਪਮਾਨ ਨਹੀਂ ਸਹਾਰ ਸਕਦੇ ਤਾਂ ਫਿਰ ਇਹ ਮਰ ਜਾਣਗੇ, ਪੌਦੇ ਨੂੰ ਨੁਕਸਾਨ ਹੋਊਗਾ, ਕੋਈ ਇਨਫੈਕਸ਼ਨ ਹੋ ਸਕਦੀ ਹੈ, ਤਾਂ ਉਸ ਕਰਕੇ ਐਬਸੀਸਿਕ ਐਸਿਡ ਉਹਨਾਂ ਪੱਤਿਆਂ ਨੂੰ ਝਾੜ ਦਿੰਦਾ ਹੈ। ਝਾੜਦਾ ਪਤਾ ਕਿਵੇਂ ਹੈ, ਵੈਸੇ ਤੁਹਾਨੂੰ ਮੈਂ ਦੱਸਣਾ ਨਹੀਂ ਸੀ, ਤੁਸੀਂ ਵੇਖੋ ਵੀ ਜਿੱਥੋਂ ਪੱਤਾ ਪੌਦੇ ਨਾਲ ਲੱਗਿਆ ਹੁੰਦਾ ਹੈ ਉਹਦੀ ਡੰਡੀ ਦਾ ਇੱਕ ਫੁੱਲਿਆ ਹੋਇਆ ਭਾਗ ਹੁੰਦਾ ਹੈ, ਹੁੰਦਾ ਹੈ ਨਾ, ਜਿਵੇਂ ਪਿੱਪਲ ਦਾ ਪੱਤਾ ਵੇਖ ਲਓ, ਜਮਾਂ ਥੱਲੋਂ ਉਹਦੀ ਜਿਹੜੀ ਡੰਡੀ ਆ ਉਹ ਫੁੱਲੀ ਹੋਈ ਹੁੰਦੀ ਹੈ, ਉੱਥੇ ਇਹ ਕੈਲਸ਼ੀਅਮ ਜਮ੍ਹਾਂ ਕਰ ਦਿੰਦਾ ਹੈ ਜਿਹਦੇ ਨਾਲ ਉਸ ਪੱਤੇ ਨੂੰ ਪਾਣੀ ਦੀ ਸਪਲਾਈ ਰੁਕ ਜਾਂਦੀ ਹੈ ਤੇ ਪੱਤਾ ਸੁੱਕ ਕੇ ਥੱਲੇ ਡਿੱਗ ਪੈਂਦਾ ਹੈ। ਪਿੱਪਲ ਦੇ, ਬੋੜ ਦੇ, ਨਿੰਮ ਦੇ ਪੱਤੇ ਇਹਨਾਂ ਦਿਨਾਂ 'ਚ ਡਿੱਗਦੇ ਪਏ ਆ, ਨਿੰਬੂ ਦੇ, ਕਿੰਨੂ ਦੇ, ਤਾਂ ਉਹ ਕਿਉਂ ਡਿੱਗਦੇ ਪਏ ਆ? ਕਿੰਨੂ ਨਹੀਂ, ਸੋਰੀ, ਨਿੰਬੂ, ਕਿਉਂਕਿ ਉਹ ਪੱਤੇ ਦੇ ਥੱਲੇ ਕੈਲਸ਼ੀਅਮ ਜਮ੍ਹਾਂ ਹੋ ਗਿਆ, ਕੈਲਸ਼ੀਅਮ ਜਮ੍ਹਾਂ ਹੋਣ ਕਰਕੇ ਉਹ ਪੱਤੇ ਨੂੰ ਪਾਣੀ ਦੀ ਸਪਲਾਈ ਬੰਦ ਹੋ ਗਈ ਤੇ ਪੱਤਾ ਸੁੱਕ ਕੇ ਥੱਲੇ ਡਿੱਗ ਪਿਆ। ਡਿੱਗਣ ਦਾ ਕਾਰਨ ਕੀ ਹੈ ਵੀ ਅੱਗੇ ਅਸੁਖਾਵੀਆਂ ਹਾਲਤਾਂ ਆ ਜਾਣੀਆਂ, ਪੱਤੇ ਘੱਟ ਤਾਪਮਾਨ ਨਹੀਂ ਸਹਾਰ ਸਕਦੇ, ਪੌਦੇ ਨੂੰ ਕੋਈ ਇਨਫੈਕਸ਼ਨ ਨਾ ਹੋ ਜੇ, ਪੌਦਾ ਉਸ ਮੌਸਮ ਦੇ ਵਿੱਚ ਜਿਉਂਦਾ ਰਹੇ ਜਿਹਦੇ ਕਰਕੇ ਉਹ ਆਪਦੇ ਨਾਜੁਕ ਅੰਗਾਂ ਨੂੰ ਥੱਲੇ ਡੇਗ ਦਿੰਦਾ ਹੈ। ਸੋ ਬੇਟੇ ਇਹਦੇ ਨਾਲ ਹੀ ਲਗਭਗ ਆਪਣਾ ਚੈਪਟਰ ਪੂਰਾ ਹੋ ਗਿਆ, ਇਹਦੇ ਵਿੱਚ ਆਪਣੇ ਐਨੀਮਲ ਹਾਰਮੋਨ ਰਹਿ ਗਏ, ਠੀਕ ਹੈ, ਤਾਂ ਉਹਨਾਂ ਐਨੀਮਲ ਹਾਰਮੋਨਸ ਨੂੰ ਆਪਾਂ ਕੱਲ ਨੂੰ ਡਿਸਕਸ ਕਰਾਂਗੇ, ਠੀਕ ਹੈ। ਤਾਂ ਹੁਣ ਕਿਸੇ ਬੱਚੇ ਦਾ ਕੋਈ ਡਾਊਟ ਹੈਗਾ ਹੈ ਤਾਂ ਤੁਸੀਂ ਪੁੱਛ ਸਕਦੇ ਹੋ, ਜਿੰਨੀ ਦੇਰ ਆਪਣੀ ਮੀਟਿੰਗ ਚੱਲਦੀ ਪਈ ਹੈ, ਮਤਲਬ ਕਿ 3 ਕੁ ਮਿੰਟ ਹੋਰ ਹੈਗੇ ਆਪਣੇ ਕੋਲ, 2 ਮਿੰਟ। ਮੂਵਮੈਂਟ ਕਰਨਾ ਬੰਦ ਕਰ ਦੇਗੀ ਬੇਟੇ। ਅੱਛਾ ਬੇਟੇ, ਜਿਹੜੇ ਬੱਚੇ ਨੇ ਕੁਐਸਚਨ ਪੁੱਟ ਕਰਨਾ ਹੈ ਨਾ, ਤੁਸੀਂ ਹੈਂਡ ਰੇਜ਼ ਕਰਨਾ ਹੈ, ਮੈਂ ਬਾਈ ਨੇਮ ਤੁਹਾਡੇ ਤੋਂ ਪੁੱਛਾਂਗਾ, ਠੀਕ ਹੈ। ਜੇ ਸਾਰੇ ਪੁੱਛਣ ਲੱਗ ਗਏ ਤਾਂ ਫਿਰ ਆਪਾਂ ਕਿਸੇ ਦਾ ਵੀ ਜਵਾਬ ਨਹੀਂ ਦੇ ਸਕਦੇ। ਯੈਸ ਬੇਟੇ, ਐਨੀ ਡਾਊਟ? ਬੇਟੇ ਬੱਚੇ ਅੱਜ ਘੱਟ ਕਿਉਂ ਹੈ, 56 ਸਟੂਡੈਂਟ ਹੈ ਸਿਰਫ। ਇੰਨੇ ਹੀ ਹੁੰਦੇ ਆ ਬੇਟੇ ਬੱਚੇ? ਚਲੋ, ਹਾਂਜੀ ਬੇਟੇ, ਹੁਣ ਦੱਸੋ ਕੋਈ ਹੋਰ ਡਾਊਟ, ਕੁਛ ਪੁੱਛਣਾ ਹੋਵੇ ਕਿਸੇ ਵੀ ਤਰ੍ਹਾਂ ਦਾ, ਬਾਇਓ ਰਿਲੇਟਡ, ਕੋਈ ਇਸ ਚੈਪਟਰ ਨਾਲ ਰਿਲੇਟਡ ਨਹੀਂ, ਤੁਹਾਡਾ ਕੋਈ ਵੀ ਕੁਐਰੀ ਹੋਵੇ। ਚਲੋ ਫਿਰ ਮੈਂ ਤੁਹਾਨੂੰ ਕੁਛ ਨਵੀਆਂ ਚੀਜ਼ਾਂ ਦੱਸਦਾ। ਤੁਹਾਡੇ ਸਾਰੇ ਸਰੀਰ ਨੂੰ ਭੋਜਨ ਤੇ ਆਕਸੀਜਨ ਕੌਣ ਪ੍ਰੋਵਾਈਡ ਕਰਦਾ ਹੈ? ਖੂਨ ਤੇ ਖੂਨ ਕਰਦਾ ਹੈ, ਖੂਨ ਨੂੰ ਪੰਪ ਕਰਦਾ ਹੈ। ਤਾਂ ਫਿਰ ਤੁਸੀਂ ਮੈਨੂੰ ਐਂ ਦੱਸੋ ਵੀ ਦਿਲ ਨੂੰ ਕੌਣ ਪ੍ਰਦਾਨ ਕਰਦਾ ਹੈ? ਦਿਲ ਤਾਂ ਸਾਡੇ ਸਾਰੇ ਸਰੀਰ ਲਈ ਦਿਨ ਭੇਜਦਾ ਹੈ ਖੂਨ ਦੇ ਜ਼ਰੀਏ, ਤੇ ਦਿਲ ਨੂੰ ਕੌਣ ਦਿੰਦਾ ਹੈ? ਨਹੀਂ, ਦਿਲ ਦਾ ਇੱਕ ਛੋਟਾ ਜਿਹਾ ਆਪਣਾ ਵੀ ਦਿਲ ਹੈ, ਪਤਾ ਹੈ, ਦਿਲ ਦਾ ਇੱਕ ਛੋਟਾ ਜਿਹਾ ਆਪਣਾ ਵੀ ਦਿਲ ਹੈ, ਤੇ ਉਹਨੂੰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਆ ਕਰੋਨਰੀ ਆਰਟਰੀ, ਜਿਹੜੀ ਦਿਲ ਨੂੰ ਖੂਨ ਸਪਲਾਈ ਕਰਦੀ ਹੈ, ਠੀਕ ਹੈ। ਕਈ ਵਾਰੀ ਕਹਿ ਦਿੰਦੇ ਆ ਨਾ ਸਟੈਂਟ ਪੈ ਗਏ, ਕਹਿੰਦੇ ਜੀ ਤਾਰ ਪਾਤੀ ਦਿਲ 'ਚ, ਉਹ ਕਰੋਨਰੀ ਆਰਟਰੀ ਦੇ ਵਿੱਚ ਜੇ ਕਿਤੇ ਬਲੱਡ ਕਲੋਟ ਬਣ ਜੇ, ਜੰਮਿਆ ਹੋਇਆ ਖੂਨ ਚੱਲ ਜੇ, ਜਾਂ ਚਰਬੀ ਜਮ੍ਹਾਂ ਹੋ ਜੇ, ਜਾਂ ਪ੍ਰੋਟੀਨ ਜਮ੍ਹਾਂ ਹੋ ਜੇ, ਤਾਂ ਉਹਨੂੰ ਖੋਲ ਦਿੰਦੇ ਆ ਇੱਕ ਤਾਰ ਪਾ ਕੇ, ਉਹਨੂੰ ਕਹਿੰਦੇ ਆ ਸਟੈਂਟਸ, ਠੀਕ ਹੈ। ਤਾਂ ਤੁਹਾਨੂੰ ਪਤਾ ਸਾਡਾ ਦਿਲ ਹਲਕੇ ਜੇ ਕਰੰਟ ਤੇ ਕੰਮ ਕਰਦਾ ਹੈ, ਉਹ 6 ਮਿਲੀਵੋਲਟ ਕਰੰਟ ਹੁੰਦਾ ਹੈ, 6 ਮਿਲੀਵੋਲਟ, 6 ਮਿਲੀਵੋਲਟ ਬਹੁਤ ਥੋੜਾ ਜਿਹਾ ਕਰੰਟ ਹੁੰਦਾ ਹੈ, ਤੇ ਜਿਹਦੇ ਤੇ ਸਾਡਾ ਦਿਲ ਕੰਮ ਕਰਦਾ ਹੈ। ਤਾਂ ਉਹ 6 ਮਿਲੀਵੋਲਟ ਕਰੰਟ ਕੌਣ ਪ੍ਰੋਵਾਈਡ ਕਰਦਾ ਹੈ? ਦਿਲ ਤੇ ਨਾ ਇੱਕ ਪੇਸ਼ੀ ਟਿਸ਼ੂ ਦਾ ਸੈੱਟ ਹੁੰਦਾ ਹੈ, ਉਹਨੂੰ ਕਹਿੰਦੇ ਆ ਐਸੇ ਨੋਡ, ਸਿਨੋ ਓਰੀਕੂਲਰ ਨੋਡ, ਐਸੇ ਨੋਡ ਤੁਸੀਂ ਲਿਖ ਲਓ, ਵੈਸੇ ਤੁਹਾਡੇ ਸਿਲੇਬਸ 'ਚ ਨਹੀਂ, ਮੈਂ ਐਕਸਟਰਾ ਨੌਲੇਜ ਦੇ ਰਿਹਾ, ਠੀਕ ਹੈ।
ਉਹ ਸਾਡੇ ਦਿਲ ਨੂੰ ਕਰੰਟ ਦਿੰਦੀ ਹੈ, ਜਿਹਦੇ ਕਰਕੇ ਸਾਡਾ ਦਿਲ ਧੜਕਦਾ ਹੈ। ਕਈ ਵਾਰੀ ਬੰਦ ਤੁਸੀਂ ਫਿਲਮ ਵੇਖੀ ਹੋਣੀ ਹੈ ਜਾਂ ਨਾਟਕ ਵੇਖੀ ਹੋਣੀ ਤਾਂ ਤੁਸੀਂ ਯੈਸ ਬੇਟੇ ਮਿਊਟ ਕਰਾਂ ਸਾਰੇ। ਯੈਸ ਕੈਂਸਰ ਦੇ ਲਈ ਕੈਂਸਰ, ਹਾਂਜੀ ਬੇਟੇ, ਇਹ ਚ ਰੇਡੀਓ ਆਈਸੋਟੋਪ ਟੌਪਸ ਹੁੰਦੇ ਹੈ, ਆਇਓਡੀਨ ਦੇ ਵੀ ਆਈਸੋਟੋਪ ਯੂਜ਼ ਹੁੰਦੇ ਹੈ ਤੇ ਕੋਬਾਲਟ ਦੇ ਵੀ ਹੁੰਦੇ ਹੈ। ਤੇ ਉਹਨਾਂ ਦਾ ਕੰਮ ਕੀ ਹੁੰਦਾ ਹੈ ਤੁਸੀਂ ਕਦੇ ਵੇਖਿਆ ਹੋਣਾ, ਵੈਸੇ ਤੁਸੀਂ ਮੈਨੂੰ ਆਪਦੀ ਗੱਲ ਤੋਂ ਮੋੜਤਾ, ਜਿਹੜਾ ਕੈਂਸਰ ਪੇਸ਼ੈਂਟ ਹੁੰਦਾ ਉਹਦੇ ਵਾਲ ਉੱਡ ਜਾਂਦੇ ਹੈ, ਉਹਦੇ ਨਾਖੂਨ ਚ ਕਰੈਕ ਆਣ ਲੱਗ ਜਾਂਦੇ ਹੈ। ਉਹ ਪਤਾ ਕਿਉਂ ਹੁੰਦਾ ਹੈ? ਇਹ ਜਿਹੜੇ ਆਈਸੋਟੋਪ ਹੈ ਨਾ, ਸਾਡੇ ਸਰੀਰ ਵਿੱਚ ਕਿਤੇ ਵੀ ਸੈੱਲ ਵਿਭਾਜਿਤ ਹੁੰਦੇ ਪਏ ਹੈ ਉਹਨਾਂ ਨੂੰ ਰੋਕ ਦਿੰਦੀ ਹੈ। ਤੇ ਜਦੋਂ ਉਹਨਾਂ ਨੂੰ ਰੋਕ ਦਿੰਦੀ ਹੈ ਤਾਂ ਫਿਰ ਤੁਹਾਨੂੰ ਪਤਾ ਸਾਡੇ ਵਾਲ ਵੀ ਹਮੇਸ਼ਾ ਵੱਧਦੇ ਆ, ਸਾਡੇ ਨਾਖੂਨ ਵੀ ਹਮੇਸ਼ਾ ਵੱਧਦੇ ਆ, ਤਾਂ ਉਹਦੇ ਕਰਕੇ ਸਾਡੇ ਵਾਲ ਵੀ ਝੜ ਜਾਂਦੇ ਆ ਤੇ ਸਾਡੇ ਨਾਖੂਨ ਵੀ ਕ੍ਰੈਕ ਹੋਣੇ ਸ਼ੁਰੂ ਹੋ ਜਾਂਦੇ ਆ। ਇਹ ਰੇਡੀਓ ਆਈਸੋਟੋਪਸ ਦਿੰਦੇ ਆ ਵੀ ਜਿਹੜੇ ਕੈਂਸਰਸ ਸੈੱਲ ਹੈ ਉਹਨਾਂ ਨੂੰ ਮਾਰਨ ਵਾਸਤੇ, ਉਹਦੇ ਨਾਲ ਸਾਡੇ ਸਰੀਰ ਦੇ ਕੁਝ ਐਸੇ ਸੈੱਲ ਹੈ ਜਿਹੜੇ ਹਮੇਸ਼ਾ ਵਿਭਾਜਿਤ ਹੁੰਦੇ ਰਹਿੰਦੇ ਆ, ਉਹ ਵੀ ਮਰ ਜਾਂਦੇ ਆ। ਸੋ ਬੇਟੇ ਆਪਣਾ ਰਹਿ ਗਏ 6 ਸੈਕਿੰਡ, ਹੈ ਕੋਈ 6 ਸੈਕਿੰਡ ਦੇ ਵਿੱਚ ਡਾਊਟ ਕਲੀਅਰ ਕਰਨਾ ਤੁਸੀਂ? ਯੈਸ ਬੇਟੇ, ਚਲੋ ਤੁਸੀਂ ਐਂ ਕਰਿਓ, ਗਰੁੱਪ 'ਚ ਪਾ ਦਿਓ, ਮੀਟਿੰਗ ਆਪਣੀ ਔਫ ਹੋਣ ਜਾ ਰਹੀ ਹੈ,